ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਆਲੀਆ ਵੈਲਕਮ ਟੂ ਅਜ ਦਾ ਮੁੱਦਾ ਮੈਂ ਹਾਂ ਅਸ਼ਮਿਤਾ ਐਂਡ ਇਸ ਨਵੇਂ ਸਾਲ ਦੇ ਪਹਿਲੇ ਦਿਨ ਲਈ ਅੱਜ ਆਪਾਂ ਤੁਹਾਡੇ ਲਈ ਇੱਕ ਨਵਾਂ ਤਰੀਕੇ ਦਾ ਮੁੱਦਾ ਲੈ ਕੇ ਆਏ ਹਰਕੀਰਤ ਥਿਸ ਪਾਸਟ ਈਅਰ 2019 ਅਗਰ ਮੈਂ ਗੱਲ ਕਰਾਂ ਹੈਜ਼ ਬੀਨ ਸੱਚ ਅ ਮਾਨਿਊਮੈਂਟਲ ਈਅਰ ਇਨ ਟਰਮਸ ਆਪਾਂ ਕਮਿਊਨਿਟੀ ਨਾਲ ਕਿਸ ਤਰ੍ਹਾਂ ਕਨੈਕਟ ਹੋਏ ਉਦਾਂ ਤਾਂ ਜਸ ਪੰਜਾਬੀ ਪਿਛਲੇ 13 ਸਾਲਾਂ ਤੋਂ Every big, medium, small city in the United States, ya mulkach jithe apne Of course. We've traveled thousands of miles. We've covered thousands of live events, but this year was special because this year we both started going on the road, uh, you know, to all these different towns. And ajapagal ap about what we learned. as the next generation by coming to your town ki sanu sikhna nu milya bilkul of course ashvita sab ton wadiya gal hai rehi ki 2018 de vich assi bahut travel kita and sab ton pehla te tonu saryanu 90 sal diyan ṭeir sariya shubkamnaavan ਔਰ ਮੈਨੂੰ ਲੱਗਦਾ ਕਿ ਜਿਵੇਂ 2018 ਸਾਡੇ ਲਈ ਬਹੁਤ ਜ਼ਿਆਦਾ 19 2018 ਸਾਡੇ ਲਈ ਬਹੁਤ ਜ਼ਿਆਦਾ ਐਕਸਪੀਰੀਐਂਸਡ ਰਿਹਾ ਮੈਨੂੰ ਲੱਗਦਾ ਹੈ 2019 ਦੇ ਵਿੱਚ ਅਸੀਂ ਬਹੁਤ ਕੁਝ ਆ ਕੰਮ ਕੀਤਾ ਵੀ ਔਰ 2020 ਦੇ ਵਿੱਚ ਵੀ ਅਸੀਂ ਹੁਣ ਕੁਝ ਨਾ ਕੁਝ ਨਵਾਂ ਕਰਾਂਗੇ ਡੈਫੀਨਿਟਲੀ ਐਸ਼ਮੇ ਤਾਂ ਯਾ ਯਾ ਸੋ ਇਹ ਅੱਜ ਦਾ ਮੁੱਦਾ ਹੈ ਵੀ ਇਨਵਾਈਟ ਯੂ ਕਿ ਤੁਸੀਂ ਵੀ ਫੋਨ ਕਰਕੇ ਸਾਨੂੰ ਦੱਸੋ ਤੁਹਾਡਾ ਕੀ ਐਕਸਪੀਰੀਅੰਸ ਆਇਆ ਹੈ ਜਦੋਂ ਸਾਡੀ ਟੀਮ ਤੁਹਾਡੇ ਕੋਲ ਆਈ ਤੁਸੀਂ ਸਾਨੂੰ ਹੋਸਟ ਕੀਤਾ ਹਾਊ ਥੈਟ ਵੈਂਟ ਫਾਰ ਯੂ ਆਲਟ ਸਟਾਰਟ ਯੂ نو ਲਾਸਟ ਈਅਰ ਐਟ ਥਿਸ ਟਾਈਮ ਵੀ ਵੈਂਟ ਟੂ ਕੈਲੀਫੋਰਨੀਆ ਉਥੇ ਵੀ ਟ੍ਰੈਵਲਡ ਦ ਇੰਟਾਇਰ ਸਟੇਟ ਸਟਾਰਟਿੰਗ ਇਨ ਲਾਸ ਐਂਜਲਸ ਐਂਡ ਵਿਦ ਥੈਟ ਆਲ ਮੈਂਸ਼ਨ for our first trip last year, we were hosted in los angeles by mr. Inder singh, uh, subtopela. this is a very sad thing, yeah. uh, but it's worth mentioning. mr. indir singh was a pillar in the punjabi community. Jo kam kita, uh, community le, uh, there is no parallel to that. and unadi family, his wonderful son, um, they were so hospitable to us. Nu host kita. and uh, how was your experience in los main angeles? Sab ਮੈਨੂੰ 2 ਸਾਲ ਹੋ ਗਏ ਕੰਪਨੀ ਦੇ ਵਿੱਚ ਕੰਮ ਕਰਦੇ ਹੋਏ ਔਰ ਮੈਂ ਸਭ ਤੋਂ ਜ਼ਿਆਦਾ ਥੈਂਕਸ ਜਿਹੜਾ ਹੈ ਉਹ ਸਾਡੇ ਸੀਈਓ ਪੈਨਿਕ ਕੇ ਸੰਧੂ ਜੀ ਨੂੰ ਕਰਨਾ ਚਾਹਨਾ ਜਿਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਔਰ ਮੈਨੂੰ ਇਸ ਪਲੇਟਫਾਰਮ ਦੇ ਉੱਤੇ ਉਹਨਾਂ ਨੇ ਇੱਕ ਜਗ੍ਹਾ ਦਿੱਤੀ ਔਰ ਉਹ ਰੋਜ਼ਾਨਾ ਮੇਰੇ ਯੂ نو ਟੈਲੈਂਟ ਨੂੰ ਵੀ ਨਰਚਰ ਕਰਦੇ ਰਹਿੰਦੇ ਤੇ ਪਹਿਲੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ ਐਂਡ ਮੇਰਾ ਐਕਸਪੀਰੀਅੰਸ 2 ਸਾਲ ਦੇ ਵਿੱਚ ਅਸ਼ਮਿਤਾ ਬਹੁਤ ਜ਼ਿਆਦਾ ਲਰਨਿੰਗ ਰਿਹਾ ਰਾਈਟ ਮੈਂ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਿਆ ਔਰ ਅਸੀਂ ਜਦ ਲੋਕਾਂ ਦੇ ਕੋਲ ਗਏ ਤੇ ਅਸੀਂ ਇਹ ਵੀ ਵੇਖਿਆ ਕਿ ਉਹਨਾਂ ਨੂੰ ਸਾਡੇ ਤੋਂ ਕੀ ਚਾਹੀਦਾ ਵਾਟ ਐਗਜ਼ੈਕਟਲੀ ਦੇ ਵਾਂਟ ਫਰਮ ਅਸ ਵੀ ਕੈਨ ਡੂ ਬੈਟਰ ਫਰ ਥੈਮ ਰਾਈਟ ਕਰੈਕ ਪਿਛਲੇ 12 ਸਾਲ ਤੋਂ ਜਿਵੇਂ ਅਸੀਂ ਡੇਲੀ ਇਸ ਮੰਚ ਨੂੰ ਸੁਝਾ ਰਹੇ ਹਾਂ ਉਹਨਾਂ ਦੇ ਮੁੱਦੇ ਲੈ ਕੇ ਆ ਰਹੇ ਹਾਂ ਉਹਨਾਂ ਦੇ ਇਸ਼ੂਜ਼ ਲੈ ਕੇ ਆ ਰਹੇ ਹਾਂ ਲੇਕਿਨ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਲੱਗਿਆ ਕਿ ਤੁਸੀਂ ਸਾਡੇ ਕੋਲ ਵੀ ਆ ਰਹੇ ਹੋ ਰੀਚ ਆਊਟ ਹੋ ਰਿਹਾ ਤੁਸੀਂ ਐਂਡ ਉਹਨਾਂ ਦੇ ਨਾਲ ਇੰਨੇ ਪਰਸਨਲ ਲੈਵਲ ਤੇ ਕਨੈਕਟ ਹੋ ਕੇ ਵੀ ਆਰ ਏਬਲ ਉਹਨਾਂ ਦੀ ਗੱਲ ਪਰਸਨਲ ਲੈਵਲ ਤੇ ਆਪਾਂ ਚੁੱਕ ਸਕਦੇ ਹਾਂ ਹੁਣ ਰਾਈਟ ਕਜ਼ ਵੀ نو ਵਾਟ ਇਸ਼ੂਜ਼ ਆਰ ਅਫੈਕਟਿੰਗ them ਗਰਾਊਂਡ ਲੈਵਲ ਤੇ ਰਾਈਟ um ਸੋ ਲਾਸ ਏਂਜਲਸ um ਇੰਦਰਜੀ ਦੀ ਫੈਮਿਲੀ ਨੇ ਸਾਨੂੰ ਹੋਸਟ ਕੀਤਾ ਦ ਲੇਟ ਇੰਦਰ ਸਿੰਘ ਡਾਕਟਰ ਸਹੋਤਾ ਨਾਲ ਸਾਡਾ ਉੱਥੇ ਰਾਬਤਾ ਕਾਇਮ ਹੋਇਆ ਉਸ ਤੋਂ ਬਾਅਦ ਵੀ ਵੈਂਟ ਨਾਰਥ We went north from Los Angeles to Bakersfield and we got to meet one of the nicest and most um, uh, active families, Dr. Manbir Singh, the family. And let me tell you, very sweet family. Yes. And very, they are very good in hospitality. Yes. And very spiritual. Beautiful home. And very socialized and dr manbeer bharamekana Kanachawangi he is someone who is doing work to promote Sikhi uh, amongst non-indians non-punjabis uh, you remember his little cards that he Correct. gives out to everyone um, dr Manbir was wonderful we kept going north we made our way to sacramento othi uh, our uh, uh, experience dr saraun alhoya uh, i mean ਕਿ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜਿਹੜਾ ਇਹ ਹੇਠ ਲਿਖਿਆ ਨੰਬਰ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ ਤੁਸੀਂ ਸਾਨੂੰ ਕਾਲ ਕਰੋ ਆਪਣੇ ਐਕਸਪੀਰੀਐਂਸਸ ਸਾਡੇ ਨਾਲ ਸ਼ੇਅਰ ਕਰੋ ਜੋ ਅਸੀਂ ਤੁਹਾਡੇ ਨਾਲ ਲਾਸਟ ਈਅਰ ਸਪੈਂਡ ਕੀਤਾ ਟਾਈਮ ਅਰ ਤੁਸੀਂ ਸਾਡੇ ਤੋਂ ਕੀ ਐਕਸਪੈਕਟ ਕਰਦੇ ਹੋ ਉਹਦੇ ਲਈ ਵੀ ਤੁਸੀਂ ਕਾਲ ਕਰੋ ਹਰਬੰਸ ਸਿੰਘ ਸਰਾਵ ਬਾਰੇ ਤੁਸੀਂ ਜਸਲੇ ਸੀ ਜੇ ਜਦੋਂ ਗ੍ਰੀਨ ਰੈਵੋਲੂਸ਼ਨ ਦਾ ਨਾਮ ਆਉਂਦਾ ਇਟ ਇਜ਼ ਸਿਨੋਨਿਮਸ ਉਹਨਾਂ ਦੇ ਨਾਮ ਦੇ ਨਾਲ ਇਹਨਾਂ ਨੇ ਆਪਣੀ ਫੀਲਡ ਵਿੱਚ ਪੰਜਾਬੀਆਂ ਦੀ ਨਾਮ ਰੋਸ਼ਨ ਕੀਤੀ ਲਾਈਕ ਹੀ ਹੈਸ ਪੁਟ ਦ ਕਮਿਊਨਿਟੀ ਔਨ ਦ ਮੈਪ ਇਨ ਥੈਟ ਫੀਲਡ ਸੈਕ੍ਰੀਮੈਂਟੋ ਦੀ ਜਦੋਂ ਗੱਲ ਆਂਦੀ ਹੈ ਉਥੇ ਸਾਡੇ ਕਿੰਨੇ ਪੁਰਾਣੇ ਸਪੋਰਟਰਸ ਮਾਈਕ ਬੋਪਾ ਰਾਏ ਜੀ ਮਨਜੀਤ ਉਪਲ ਜੀ ਡਾਕਟਰ ਗੁਰਦੁਆਰੇ ਦੇ ਉਥੇ ਆਪਣੇ ਸੈਕ੍ਰੀਮੈਂਟੋ ਮਿਸਟਰ ਹਰਪ੍ਰੀਤ ਧਈਆ ਵੀ ਰਹਿੰਦੇ ਤੇਜੀ ਪੱਡਾ the the men behind chicago pizza which is inni inspiring in our these story hai jadon apni community de koi bhi loki successful hunde hai in entrepreneurship on their own two feet not just successful business wise but ona da jo business model hai chicago pizza da right. they are creating jobs just yes. they are creating jobs and <laughs> apa unadi 5vi salgirh ona ne celebrate kiti si yes. and we were the first you know uh, as a media partner with them ona di is journey de vich ਜਿੱਥੇ ਜਿੱਥੇ ਉਹ ਗਏ ਉੱਥੇ ਉੱਥੇ ਜਸ ਪੰਜਾਬੀ ਵੀ ਉਹਨਾਂ ਦੇ ਨਾਲ ਪਹੁੰਚਿਆ ਯਾ ਯਾ ਐਂਡ ਹਾਉ ਉਹਨਾਂ ਦੀ ਕਿੰਨੀ ਆਪਾਂ ਗ੍ਰੈਂਡ ਓਪਨਿੰਗਸ ਕਵਰ ਕੀਤੀ ਆll across the country ਆਈ ਰਿਮੈਂਬਰ ਦੈਟ ਐਲਏ ਵਾਲੀ ਗ੍ਰੈਂਡ ਓਪਨਿੰਗ ਐਂਡ ਐਸਾ ਠੀਸ਼ਾ ਮਾਰਕੀਟ ਦੇ ਵਿੱਚ ਐਂਡ ਪੀਜ਼ਾ ਵਾਸ ਸੋ ਸੋ ਯਮੀ ਐਂਡ ਕਲਾਈਮੇਟ ਵਾਸ ਗੁੱਡ ਟੂ ਯਾ ਦੈਟ ਇਜ਼ ਅ ਵਨ ਗੁੱਡ ਥਿੰਗ ਅਬਾਊਟ ਐਲਏ ਗੋਇੰਗ ਫਰਮ ਸੈਕਰਮੈਂਟੋ ਵੀ ਮੂਵਡ ਟੂ ਸੈਨ ਹੋਜ਼ੇ ਐਂਡ ਉੱਥੇ ਆਪਾਂ ਸੈਨ ਹੋਜ਼ੇ ਗੁਰਦੁਆਰੇ ਦੀ ਹੋਲਾ ਮਹੱਲਾ ਇਵੈਂਟ ਦੀ ਕਵਰਜ ਕੀਤੀ ਲਾਈਵ ਫੁੱਲ 3 ਡੇਜ਼ ਐਂਡ ਆ Then the event unadahunda they draw more than thirty thousand people to that Gurdwara. ਸਾਰੇ ਮਿਕਸ ਕਰਾਊਡ ਆਂਦਾ ਹੈ ਬਟ ਕਿੰਨੀ ਵੱਡੀ ਗੱਲ ਹੈ ਬਹੁਤ ਸੋਹਣੀ ਗੱਲ ਹੈ ਔਰ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਹੈਗਾ ਜਿਹਦੇ ਵਿੱਚ ਸੋਲਰ ਜਿਹੜੇ એનર્ਜੀ ਦੇ ਨਾਲ ਉਹ ਪੂਰਾ ਗੁਰਦੁਆਰਾ ਜਿਹੜਾ ਹੈਗਾ ਉਹ ਬਣਿਆ ਹੋਇਆ ਹੈ ਪਿੱਛੇ ਉਹਨਾਂ ਨੇ ਬਹੁਤ ਵੱਡਾ ਪ੍ਰੋਜੈਕਟ ਸ਼ੁਰੂ ਕਰਤਾ ਹੈ ਔਰ ਸਾਨੂੰ ਬਹੁਤ ਵਧੀਆ ਲੱਗਦਾ ਕਿ ਜਦ ਉਹਨਾਂ ਦਾ ਪ੍ਰੋਜੈਕਟ ਸ਼ੁਰੂ ਹੋਇਆ ਤੇ ਉਹਦੀ ਵੀ ਕੈਂਪੇਨਿੰਗ ਜਿਹੜੀ ਹੈ ਉਹ ਜਸ ਬ੍ਰਾਡਕਾਸਟਿੰਗ ਵੱਲੋਂ ਯਾਨੀ ਕਿ ਜਸ ਪੰਜਾਬੀ ਵੱਲੋਂ ਹੀ ਕੀਤੀ ਗਈ ਬੌਪਟੇਲੋਂ ਜੀ ਤੇ ਡਾਕਟਰ ਗੁਰਿੰਦਰਪਾਲ ਸਿੰਘ ਜੀ ਜਿਹੜੇ ਗੁਰਦੁਆਰੇ ਦੇ ਮੈਨੇਜਮੈਂਟ ਦੇ ਵਿੱਚ ਵਨ ਆਫ ਦੀ ਐਗਜ਼ੀਕਟਿ Like it makes you happy to see that they're involving uh Jota community like that is absolutely a, a you know, a priority, but they're involving members from other community Yes. Una which up community Galra So that is something that um, you know Bakian os operate karna jada. Right. Um, so after California, you know ਸਾਡੀ ਹਮੇਸ਼ਾ ਜਸ ਪੰਜਾਬੀ ਦੀ ਫਿਲਾਸਫੀ ਰਹੀ ਹੈ that ਜਿੱਥੇ ਸਾਡੀ ਕਮਿਊਨਿਟੀ ਵੱਸਦੀ ਹੈ ਉੱਥੇ ਸਾਨੂੰ ਪਹੁੰਚ ਕੇ ਉਹਨਾਂ ਦੀ ਗੱਲ ਜੋ ਵੀ ਉਹਨਾਂ ਨੂੰ ਇਸ਼ੂਜ਼ ਅਫਲੈਕਟ ਕਰ ਰਿਹਾ ਹੈ ਉਹ ਚੁਕਨੀ ਚਾਹੀਦੀ ਹੈ ਹਰਕਿਰਤ ਇਨ ਯੋਰ ਲਾਸਟ ਈਅਰ 2019 ਇਨ 올 ਆਫ ਦ ਰੋਡ ਟ੍ਰਿਪਸ ਡਿਡ ਯੂ ਫੀਲ ਥੈਟ ਵੀ ਵਰ ਡੂਇੰਗ ਥੈਟ ਐਡਕੂਐਟਲੀ ਆਫ ਕੌਰਸ 2019 ਦੀ ਜਿਹੜਾ ਸਾਡੀ ਕ੍ਰਾਸ ਕੰਟਰੀ ਰੋਡ ਟ੍ਰਿਪ ਸੀਗੀ ਕਈ ਸਾਰੇ ਜਿਹੜੇ ਵੱਡੇ ਮੇਜਰ ਇਵੈਂਟ ਸੀਗੇ ਅਸੀਂ ਕਵਰ ਕੀਤੇ ਜਿਵੇਂ ਕਿ ਅਸੀਂ ਮੇਸ਼ਗੰਦਾ ਖੇਡ ਮੇਲਾ ਹਰ ਸਾਲ ਕਵਰ ਕਰਦੇ ਹਾਂ ਜਿੱਥੇ ਸਾਨੂੰ ਮੇਸ਼ਗੰਦੇ ਵਿੱਚ ਬਹੁਤ ਸਾਰੀਆਂ तमाम ਹਸਤੀਆਂ ਜਿਹੜੀਆਂ ਉੱਥੇ ਮਿਲਦੀਆਂ ਡਾਕਟਰ ਖੈਰਾ ਜਿਹਨਾਂ ਦਾ ਜੋ ਕਿ ਵਨ ਆਫ ਦੀ ਰੈਨਨ ਪਰਸਨੈਲਿਟੀ ਹਨ ਮੇਸ਼ਗੰਦੇ ਵਿੱਚ ਹਮੇਸ਼ਾ ਉਹ ਜਾਂਦੇ ਹਨ ਉਹਨਾਂ ਦਾ ਨਿਗਾ ਸਵਾਗਤ ਹੁੰਦਾ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਸੁਖਦੇਵ ਸਿੰਘ ਸੇਖੋਂ ਜਿਹੜੇ ਨੇ ਔਰ ਜਿਹੜੇ ਗਿੱਲ ਨੇ ਪਰਿਵਾਰ ਨੇ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਉੱਥੇ ਕਮਿਊਨਿਟੀ ਨੂੰ ਇਕੱਠਾ ਲਗਾਉਣ ਇਕੱਠਾ ਲਿਆਉਣ ਦੇ ਲਈ ਜਿਹੜੇ ਨੇ ਉਹ ਪ੍ਰੋਗਰੈਸਿਵ ਹੋ ਰਹੇ ਨੇ ਉਸ ਤੋਂ ਇਲਾਵਾ ਜਿਹੜੇ ਉੱਥੇ ਐਨਓਆਈਐਕਸ ਕੰਪਨੀ ਹੈਗੀ ਹੈ ਚਾਂ ਸਿੰਘ ਸੰਧੂ ਉਹਨਾਂ ਦਾ ਬਹੁਤ ਜਿਹੜਾ ਹੈਗਾ ਵਧੀਆ ਪੱਧਰ ਤੇ ਉੱਥੇ ਨਾਮ ਹੈਗਾ ਤੇ ਨਾਲ ਹੀ ਆ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਹਮੇਸ਼ਾ ਜਿਹੜਾ ਉਹ ਮਿਸ਼ੀਗਨ ਦੇ ਵਿੱਚ ਜਿਹੜਾ ਖੇਡ ਮੇਲਾ ਕਰਾਉਂਦਾ ਰਹਿੰਦਾ ਐਂਡ ਦੈਨ ਕ੍ਰੋਸ ਕੰਟਰੀ ਰੋਡ ਟ੍ਰਿਪ ਦਾ ਸ਼ਮਤਾ ਯੈਸ ਆਈ ਕਾਂਟ ਫੋਰਗੇਟ ਮੈਂ ਭੁੱਲ ਹੀ ਨਹੀਂ ਸਕਦਾ ਮੈਂ ਭੁੱਲ ਹੀ ਨਹੀਂ ਸਕਦਾ ਸਾਡੇ ਸੀਈਓ ਪੰਨੀਕੇ ਸੰਧੂ ਜੀ ਦਾ ਇਹ ਡ੍ਰੀਮ ਸੀਗਾ ਕਿ ਅਸੀਂ ਵਕ ਵਕ ਸਿਟੀਆਂ ਦੇ ਵਿੱਚ ਜਾ ਕੇ ਲੋਕਾਨਾਲ ਜਾ ਕੇ ਮੁਲਾਕਾਤ ਕਰੀਏ ਉਹਨਾਂ ਨਾਲ ਸੰਵਾਦ ਕਰੀਏ ਉਹਨਾਂ ਨਾਲ ਡਾਇਲੋਗ ਕਰੀਏ ਅਸੀਂ ਸਟੂਡੀਓ ਦੇ ਵਿੱਚ ਠੀਕ ਹੈ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਲੇਕਿਨ ਤੁਸੀਂ ਸਾਨੂੰ ਕਾਲ ਵੀ ਕਰਦੇ ਹੋ ਲੇਕਿਨ ਇਨ ਪਰਸਨ ਜਾ ਕੇ ਤੁਹਾਨੂੰ ਮਿਲਿਏ ਤਾਂ ਉਹਨਾਂ ਦਾ ਏਮ ਐ ਜਿਹੜਾ ਉਹ ਮੈਨੂੰ ਲੱਗਦਾ 2019 ਦੇ ਵਿੱਚ ਕਾਮਯਾਬ ਹੋਇਆ ਜਿੱਥੇ ਅਸੀਂ ਨਿਊਯਾਰਕ ਤੋਂ ਸ਼ੁਰੂ ਕਰਕੇ ਆਪਣਾ ਸਫਰ ਅਸ਼ਮੇਤਾ ਇਟ ਵਾਸ ਸੋ ਆਸਮ ਵੀ ਵੈਂਟ ਟੂ ohio ਜਿੱਥੇ ਹਰਵਿੰਦਰ ਸਿੰਘ ਵਾਲੀਆ ਉਹਨਾਂ ਨੇ ਸਾਡਾ ਮੁੱਦਾ ਪ੍ਰੋਗਰਾਮ ਹੋਸਟ ਕੀਤਾ ਉਸ ਤੋਂ ਬਾਅਦ ਅਸੀਂ ਸ਼ਿਕਾਗੋ ਗਏ ਸ਼ਿਕਾਗੋ ਤੇ ਸ਼ਿਕਾਗੋ ਦੇ ਵਿੱਚ ਸਾਡੇ ਨਾਲ ਕਾਫੀ ਸਾਰੀਆਂ ਤਮਾਮ ਹਸਤੀਆਂ ਹੋਰ ਹੰਦਲ ਜੀ ਉਹਨਾਂ ਨੇ ਸਾਨੂੰ ਹੋਸਟ ਕੀਤਾ ਸਾਡਾ ਪ੍ਰੋਗਰਾਮ ਅੱਜ ਦਾ ਮੁੱਦਾ ਫਿਰ ਅਸੀਂ ਡਿਮੋਇੰਸ ਗਏ ਡਿਮੋਇੰਸ ਜਿਹੜੇ ਸੀਗੇ ਗੁਰਪਾਲ ਸਿੰਘ ਢਿੱਲੋਂ ਉਹਨਾਂ ਨੇ ਸਾਡਾ ਪ੍ਰੋਗਰਾਮ ਹੋਸਟ ਕੀਤਾ ਸੋ ਮੈਂ ਹੋਰ ਵੀ ਮੇਰੇ ਕੋਲ ਲਿਸਟ ਹੈਗੀ ਹੈ ਮੈਂ ਤੁਹਾਨੂੰ ਦੱਸਦਾ ਰਵਾਂਗਾ ਲੇਕਿਨ ਆਸਮ ਟ੍ਰਿਪ ਮਜ਼ਾ ਆ ਗਿਆ ਤੁਹਾਡੀਆਂ ਗੱਲਾਂ ਸੁਣ ਕੇ ਤੁਸੀਂ ਸਾਡੇ ਤੋਂ ਕੀ ਐਕਸਪੈਕਟ ਕਰਦੇ ਹੋ ਤੁਸੀਂ ਸਾਡੇ ਤੋਂ ਸਾਡੇ ਉੱਤੇ ਕਿੰਨਾ ਵਿਸ਼ਵਾਸ ਜਤਾਉਂਦੇ ਹੋ 2019 ਆਈ ਕੈਨਟ ਫੋਰਗੇਟ ਇਨ ਮਾਈ ਮੀਡੀਆ ਹਿਸਟਰੀ ਜਿਹੜੀ ਸਾਡੀ ਸਾਡੀ ਲਾਈਨ ਚੱਲ ਰਹੀ ਹੈ ਮੀਡੀਆ ਦੀ ਉਹਦੇ ਵਿੱਚ ਵੀ ਆਪਣਾ 2019 ਨੂੰ ਕਦੀ ਵੀ ਨਹੀਂ ਫੁੱਲ ਸਕਦਾ ਅਸ਼ਮਿਤਾ ਐਂਡ ਦ ਮੇਨ ਥਿੰਗ ਇਜ਼ ਜੋ ਸਾਨੂੰ ਸਿੱਖਣ ਨੂੰ ਮਿਲਿਆ ਹੈ ਤੁਹਾਡੇ ਸ਼ਹਿਰਾਂ ਚ ਆ ਕੇ ਤੁਹਾਡੇ ਨਾਲ ਗੱਲ ਕਰਕੇ ਉਹਦੇ ਹੁਣ ਸਾਡੇ ਕੋਲ ਕੁਝ ਕਲੀਅਰ ਐਕਸ਼ਨ ਆਈਟਮ ਹੈਗੇ ਸਟੈਪਸ ਦੈਟ ਵੀ ਕੈਨ ਟੇਕ ਟੂ ਅਡਰੈਸ those issues ਜੋ issues ਤੁਹਾਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਟ ਲੱਗਦੇ ਆਪਾਂ ਉਹ ਵੀ ਡਿਸਕਸ ਕਰਾਂਗੇ ਬਟ ਬਿਫੋਰ ਵੀ ਗੈਟ देयर आई गॉट अ कॉल सो देख जे ਸਾਡੇ ਦਰਸ਼ਕ ਸਾਨੂੰ ਕੀ ਕੁਝ ਕਹਿਣਾ ਚਾਹੁੰਦੇ ਲੇਕਿਨ ਮੈਨੂੰ ਸਮਾ ਜਿਹੜਾ ਐ ਇੱਥੇ ਇਜਾਜ਼ਤ ਦੇ ਰਿਹਾ ਇੱਕ ਬ੍ਰੇਕ ਲਈ ਲੇਕਿਨ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਇਸ ਹੇਟ ਲਿਖੇ ਨੰਬਰ ਦੇ ਉੱਤੇ ਕਾਲ ਕਰੋ ਮੇਰੇ ਕੋਲ ਲਿਸਟ ਹੈਗੀ ਐ ਜਿੱਥੇ ਜਿੱਥੇ ਅਸੀਂ ਕ੍ਰਾਸ ਕੰਟਰੀ ਰੋਡ ਟ੍ਰਿਪ ਦੇ ਉੱਤੇ ਗਈ ਕਿਹੜੀਆਂ-ਕਿਹੜੀਆਂ ਸ਼ਕਸ਼ਤਾ ਕਿਹੜੇ-ਕਿਹੜੇ ਸ਼ਹਿਰ ਦੇ ਵਿੱਚ ਪ੍ਰੋਗਰੈਸਿਵ ਹੋ ਰਹੀਆਂ ਹਨ ਔਰ ਕਿਵੇਂ ਉਹ ਕਮਿਊਨਿਟੀ ਨੂੰ ਇਕੱਠਾ ਕਰਨ ਦੇ ਲਈ ਵੀ ਨਾਲ ਆਣੀਆਂ ਹਨ ਉਨਾ ਬਾਰੇ ਵੀ ਤੁਹਾਨੂੰ ਜਾਣੂ ਕਰਾਵਾਂਗੇ ਜੇਕਰ ਤੁਸੀਂ ਕੁਝ ਵੀ ਐਕਸਪੈਕਟੇਸ਼ਨ ਸਾਡੇ ਤੋਂ ਰੱਖਦੇ ਹੋ ਤੁਸੀਂ ਵੀ ਸਾਨੂੰ ਕਾਲ ਕਰਕੇ ਅਸ਼ਮਿਤਾ ਮੌਜੂਦ ਨਹੀਂ ਅਸ਼ਮਿਤਾ ਨਾਲ ਤੁਹਾਡੀ ਮੁਲਾਕਾਤ ਹੋਈ ਮੈਂ ਐਜ਼ਨ ਪਰਸਨ ਤੁਹਾਡੇ ਨਾਲ ਆਇਆ ਸਾਡੇ ਟੀਮ ਦੇ ਹੋਰ ਵੀ ਜਿਹੜੇ ਕੋਲੀਗਜ਼ ਨੇ ਤੁਹਾਡੇ ਕੋਲ ਪਹੁੰਚੇ ਜੋ ਵੀ ਤੁਸੀਂ ਐਕਸਪੀਰੀਅੰਸ ਹੈਗਾ ਆਪਣਾ ਉਹ ਸਾਡੇ ਨਾਲ ਸ਼ੇਅਰ ਕਰੋ ਹੁਣੇ ਕਾਲ ਕਰੋ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ ਬ੍ਰਿਕਬਾਤ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਅੱਜ ਦਾ ਮੁੱਦਾ ਮੈਂ ਹਾਂ ਆਸ਼ਮਿਤਾ ਮੇਰੇ ਨਾਲ ਕੋ-ਹੋਸਟ ਕਰ ਰਿਹਾ ਹੈ ਹਰਕੀਰਤ ਸਿੰਘ ਆਲੂਵਾਲੀਆ ਨਵਾਂ ਸਾਲ ਤੇ ਨਵਾਂ ਮੁੱਦਾ ਸਾਡੀ ਪਿਛਲੇ ਸਾਲ ਦੇ ਕੰਮ ਦੇ ਐਕਸਪੀਰੀਅੰਸ ਵਿੱਚ ਤੁਹਾਡੇ ਸ਼ਾਇਨਾ ਵਿੱਚ ਰੋਡ ਟ੍ਰਿਪ ਦੇ ਐਕਸਪੀਰੀਅੰਸ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਟ ਸਭ ਤੋਂ ਇੰਪੋਰਟੈਂਟ ਚੀਜ਼ ਜੋ ਸਾਨੂੰ ਲੱਗੀ एवरीवन ਇਜ਼ ਵਰੀਡ ਅਬਾਊਟ ਉਹਨਾਂ ਦੇ ਜੋ ਬੱਚੇ ਜਿਸ ਪਾਸੇ ਜਾ ਰਹੇ ਸਾਡੇ ਬੱਚੇ ਗੁਰਦੁਆਰੇ ਨਹੀਂ ਜਾਂਦੇ ਸਾਡੇ ਬੱਚੇ ਸਿੱਖੀ ਨਾਲ ਨਹੀਂ ਜੁੜਦੇ ਸਾਡੇ ਬੱਚੇ ਸਾਡੇ ਨਾਲ ਕਮਿਊਨੀਕੇਟ ਨਹੀਂ ਕਰਦੇ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਸੁਣਨ ਨੂੰ ਮਿਲੀਆਂ ਥੈਟ ਇਜ਼ ਵਾਈ ਜਸ ਪੰਜਾਬੀ ਨੇ ਸੋਚਿਆ ਕਿ ਸਾਡੇ ਵੱਲੋਂ ਕਮਿਊਨਿਟੀ ਲਈ ਪ੍ਰੋਗਰਾਮਿੰਗ ਹੋਣੀ ਚਾਹੀਦੀ ਹੈ ਜਿਹਦੇ ਨਾਲ ਉਹਨਾਂ ਦੇ ਬੱਚੇ ਵੀ ਜੁੜਨ ਸਾਡੇ ਕਲਚਰ ਦੇ ਨਾਲ ਸਾਡੀ ਸਿੱਖੀ ਦੇ ਨਾਲ ਸਾਡੀ ਹਿਸਟਰੀ ਦੇ ਨਾਲ ਬਟ ਉਸ ਤੋਂ ਇਕੁਅਲੀ ਐਜ਼ ਇੰਪੋਰਟੈਂਟ ਹਰਕਿਰਤ ਇਟਸ ਥੈਟ ਦ ਕਿਡਸ ਜੋ ਇਥੇ ਜੰਮੇ ਪਲੇ ਐ ਉਹਨਾਂ ਨੂੰ ਇਸ ਸੋਸਾਇਟੀ ਦੇ ਵਿੱਚ ਉਹ ਦੇ ਹਵ ਟੂ ਬੀ ਫਲੂਐਂਟ ਉਹਨਾਂ ਨੂੰ ਇੱਥੇ ਦੇ ਪੋਲਿਟਿਕਸ ਇੱਥੇ ਦੇ ਬਿਜ਼ਨਸ ਵਿੱਚ ਆਉਣ ਦੇ ਲਈ ਵੀ ਸਾਡੀ ਸਪੋਰਟ ਦੀ ਲੋੜ ਹੈ ਬਿਲਕੁਲ ਹੋਰ ਅਸੀਂ ਹੀ ਉਹ ਪਲੇਟਫਾਰਮ ਆ ਜਿੱਥੇ ਅਸੀਂ ਆਪਣੇ ਬਜ਼ੁਰਗਾ ਦੀ ਗੱਲ ਕਰਦੇ ਆਂ ਅਸੀਂ ਉਹ ਜਨਰੇਸ਼ਨ ਜਨਰੇਸ਼ਨ ਦੀ ਗੱਲ ਕਰਦੇ ਆਂ ਲੇਕਿਨ ਮੈਨੂੰ ਲੱਗਦਾ ਹੈ ਕਿ ਯੂ ਆਰ ਰਾਈਟ ਅਸ਼ਮਿਤਾ ਕਿ ਸਾਨੂੰ ਇੱਥੇ ਦੇ ਵੀ ਬੱਚਿਆਂ ਦੀ ਗੱਲ ਕਰਨੀ ਹੁਣ ਲਾਜ਼ਮੀ ਬਣ ਗਈ ਹੈ ਸੋ ਅਸੀਂ ਕੋਸ਼ਿਸ਼ ਨਹੀਂ ਬਲਕਿ ਅਸੀਂ ਕੁਝ ਨਵੀਆਂ ਪ੍ਰੋਗਰਾਮਿੰਗਸ ਲੈ ਕੇ ਆ ਰਹੇ ਆਂ 2020 ਦੇ ਵਿੱਚ ਜਿੱਥੇ ਅਸੀਂ ਤੁਹਾਡੇ ਘਰ ਦੇ ਵਿੱਚ ਬੱਚਿਆਂ ਦੀ ਵੀ ਗੱਲ ਕਰਾਂਗੇ ਉਹਨਾਂ ਦੇ ਕੀ ਆ ਇਸ਼ੂਜ਼ ਨੇ ਭਾਵੇਂ ਉਹਨਾਂ ਦੀ ਜੌਬ ਨਾਲ ਸੰਬੰਧਤ ਹੋਵੇ ਭਾਵੇਂ ਉਹ ਚਾਹੁੰਦੇ ਹਨ ਕਿ ਅਸੀਂ ਅਮਰੀਕਨ ਐਡਮਿਨਿਸਟ੍ਰੇਸ਼ਨ ਦਾ ਕਿਵੇਂ ਹਿੱਸਾ ਬਣ ਸਕਦੇ ਹਾਂ ਉਹਦੇ ਨਾਲ ਸੰਬੰਧਤ ਹੋਵੇ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਕਿਵੇਂ ਜਾਣਾ ਹੈ ਔਰ ਕਿਵੇਂ ਪਹੁੰਚ ਸਕਦੇ ਹਾਂ ਉਹਦੇ ਨਾਲ ਸੰਬੰਧਤ ਹੋਵੇ ਆ ਔਰ ਜਿਹੜੀ ਵੱਡੀ ਜੌਬਸ ਨੇ ਉਹ ਕਿਵੇਂ ਅਸੀਂ ਲੈ ਸਕਦੇ ਹਾਂ ਭਾਵੇਂ ਉਹ ਆਰਮੀ ਦੀ ਹੋਵੇ ਭਾਵੇਂ ਪੁਲਿਸ ਦੀ ਜੌਬ ਹੋਵੇ ਭਾਵੇਂ ਉਹ ਆ ਮੇਨਸਟ੍ਰੀਮ ਦੇ ਵਿੱਚ ਜਾਣਾ ਹੋਇਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹ ਕਿਵੇਂ ਲੈ ਸਕਦੇ ਉਹਦੇ ਲਈ ਵੀ ਅਸੀਂ ਪ੍ਰੋਗਰਾਮਿੰਗ ਜਿਹੜੀ ਹੈ ਉਹ ਇਸ 2020 ਸਾਲ ਦੇ ਵਿੱਚ ਲੈ ਕੇ ਆਵਾਂਗੇ ਆਈ ਥਿੰਕ ਅਸ਼ਮਿਤਾ ਇਜ਼ ਰਾਈਟ ਕਿ ਜੋ ਸੀ ਜਾ ਕੇ ਵੇਖਿਆ ਕਿ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਹੁਣ ਲੋਡ ਆ ਗਈ ਉਹ ਲੋਡ ਪੈ ਗਈ ਹੈ ਮੈਨੂੰ ਲੱਗਦਾ ਕਿਉਂਕਿ ਹੁਣ ਉਹ ਨੈਕਸਟ ਜਨਰੇਸ਼ਨ ਹੈ ਤੇ ਇਸ ਕਰਕੇ ਅੱਜ ਇਸ ਮੰਚ 'ਤੇ ਅਸੀਂ ਆ ਜਿਹੜਾ ਹੈਗੀ ਉਹ ਨੀਵ ਵੀ ਰੱਖੀ ਸੀਗੀ ਅਸੀਂ ਬੱਚਿਆਂ ਦੀ ਵੀ ਗੱਲ ਕਰਨੀ ਆ ਨੈਕਸਟ ਜਨਰੇਸ਼ਨ ਦੀ ਵੀ ਗੱਲ ਕਰਨੀ ਯਾ ਐਂਡ ਤੁਸੀਂ ਵੀ ਸਾਨੂੰ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਕਿ ਤੁਹਾਡੇ ਤੁਹਾਡੀ ਫੈਮਿਲੀ 'ਚ ਤੁਹਾਡੇ ਬੱਚੇ ਕਿਸ ਤਰਫ ਜਾ ਰਹੇ ਆ ਉਹਨਾਂ ਨੂੰ ਕੀ ਚੀਜ਼ ਸਭ ਤੋਂ ਇੰਪੋਰਟੈਂਟ ਲੱਗਦੀ ਹੈ ਯੂ نو ਹਰਕਿਰਤ ਵਨ ਆਫ ਦਾ ਮੇਨ ਥਿੰਗਸ ਥੈਟ ਜੋ ਮੈਂ ਕਾਈਂਡ ਆਫ ਐਕਸਪੀਰੀਅੰਸ ਕੀਤੀ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੀ ਤਰਫ ਦੇ ਵਾਂਟ them to be ਗੁੱਡ ਰਾਈਟ ਬਟ ਸਮ ਟਾਈਮਸ ਸਾਡੀ ਆਪਣੀ ਕਮਿਊਨਿਟੀ ਨੂੰ ਉਹ ਐਜੂਕੇਸ਼ਨ ਸਿਸਟਮ ਨੈਵੀਗੇਟ ਨਹੀਂ ਕਰਨਾ ਆਉਂਦਾ ਐਗਜ਼ੈਕਟਲੀ ਰਾਈਟ ਅਮ ਸਪੈਸ਼ਲੀ ਵੈਨ ਜੋਤਾ ਸਾਡੀ ਫੈਮਲੀਜ਼ ਇੱਥੇ ਵਸਦੇ ਆ ਨਿਊਯਾਰਕ ਕੈਲੋ ਵੱਡੇ ਸ਼ਹਿਰਾਂ ਵਿੱਚ ਕੈਲੀਫੋਰਨੀਆ ਵਿੱਚ ਨਿਊਯਾਰਕ ਸਿਟੀ ਦੇ ਜੋ ਸਾਈਜ਼ ਦੇ ਵੱਡੇ ਸ਼ਹਿਰ ਹੈ ਉੱਥੇ ਤਾਂ ਤੁਹਾਡੇ ਕੋਲ ਰਿਸੋਰਸਸ ਬਹੁਤ ਹੁੰਦੇ ਪਰ ਵਾਟ ਅਬਾਊਟ ਆਰ ਫੈਮਲੀਜ਼ ਲਿਵਿੰਗ ਇਨ ਸਮਾਲਰ ਟਾਊਨਸ ਫਾਰ ਐਗਜ਼ਾਮਪਲ ਸਾਡਾ ਇੱਕ ਰੋਡ ਟ੍ਰਿਪ ਸਾਨੂੰ ਲੈ ਕੇ ਗਿਆ ਇੰਡੀਆਨਾ ਵਿੱਚ ਉੱਦਾਂ ਤਾਂ ਇੰਡੀਅਨ ਐਪਲਸ ਸਾਡਾ ਉੱਥੇ ਚੱਕਰ ਲੱਗਦਾ ਹੀ ਰਹਿੰਦਾ ਬਹੁਤ ਆਪਣੇ ਉੱਥੇ ਸਪੋਰਟਰ ਵੀ ਹੈਗੇ ਪੁਰਾਣੇ ਸਪੋਰਟਰ ਬਟ ਇੰਡੀਅਨ ਐਪਲਸ ਜਦੋਂ ਆਪਾਂ ਗਏ ਉੱਥੇ ਜੋ ਫੈਮਿਲੀ ਸੈਟਲ ਹੋਈਆਂ ਜਿੱਦਾਂ ਲਖਵੀਰ ਜੋਹਲ ਜੀ ਹੋ ਗਏ ਜਿਹਨਾਂ ਦਾ ਅੱਜ ਬਰਥਡੇ ਵੀ ਹੈ ਉਹਨਾਂ ਨੂੰ ਅਸੀਂ ਹੈਪੀ ਬਰਥਡੇ ਵੀ ਵਿਸ਼ ਕਰਨਾ ਚਾਹੁੰਦੇ ਆ ਲਖਵੀਰ ਜੋਹਲ ਉਹ ਪਰਸਨੈਲਿਟੀ ਹਨ ਇੰਡੀਅਨ ਐਪਲਸ ਦੇ ਵਿੱਚ ਜੋ ਕਿ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਨਿਊਯਾਰਕ ਰਹਿੰਦੇ ਸੀਗੇ ਹੁਣ ਉਹ ਇੰਡੀਆਨਾਪੋਲੀਸ ਦੇ ਵਿੱਚ ਬਿਜ਼ਨਸ ਕਰਕੇ ਉੱਥੇ ਮੌਜੂਦ ਨੇ ਸੱਭਿਆਚਾਰਕ ਮੇਲਿਆਂ ਦੀ ਗੱਲ ਕਰੀਏ ਕਮਿਊਨਿਟੀ ਨੂੰ ਕਿਵੇਂ ਇਕੱਠਾ ਲੈ ਕੇ ਆਉਣਾ ਉਹਦੀ ਗੱਲ ਕਰੀਏ ਪੱਪੀ ਜੋਹਲ ਦੇ ਨਾਂ ਤੋਂ ਵੀ ਉਹਨਾਂ ਨੂੰ ਪਛਾਣਿਆ ਜਾਂਦਾ ਯੂ ਕੈਨ ਸੀ ਹਿਮ ਔਨ ਟੀਵੀ ਸਕਰੀਨ ਸੋ ਪਾਰਟਿਸਿਪੇਟਿੰਗ ਇਨ ਸਮ ਆਵਰ ਪ੍ਰੋਗਰਾਮਿੰਗ ਥੈਟ ਵੀ ਡਿਡ ਫਰਮ ਇੰਡੀਆਨਾਪੋਲੀਸ ਇੰਡੀਆਨਾਪੋਲੀਸ ਵਿੱਚ ਵੀ ਹੈਵ ਅਦਰ ਮੋਰ ਪਰਸਨੈਲਿਟੀਜ਼ ਵੀ ਹੈਵ ਅਦਰ ਸਪੋਰਟਰਸ ਉੱਥੇ ਆਪਣੇ ਐਕਸੀਡ ਇੰਸ਼ੋਰੈਂਸ ਦੇ ਹੈਗੇ ਮਿਸਟਰ ਰਣਦੀਪ ਚਾਵਲਾ ਉੱਥੇ ਪ੍ਰੋਫੈ remember one of the main issues jo unna ne chukya that saadi families itthe move hundi hain first of all unna nu hesitence feel hundi hai ke pa move nahi unna ka resources nahi hai ke jitta bade shehron vich and the main concern they have is sade bacche itthe assimilate ਹੋ ਸਕਦੇ ਹੈ ਇੱਥੇ ਦੀ ਕਮਿਊਨਿਟੀ ਵਿੱਚ ਆਪਣੀ ਪੰਜਾਬੀ ਪੋਪੂਲੇਸ਼ਨ ਜਾਂ ਇੰਡੀਅਨ ਪੋਪੂਲੇਸ਼ਨ ਇੰਨੀ ਕਮ ਕਰਕੇ ਸਾਡੇ ਬੱਚੇ ਕਿੱਦਾਂ ਉਹਨਾਂ ਦਾ ਐਕਸਪੀਰੀਅੰਸ ਸਕੂਲ ਦਾ ਕਿੱਦਾਂ ਰਹੋਗਾ ਬਿਲਕੁਲ ਆਈ ਥਿੰਕ ਦਿਸ ਇਸ ਅ ਵੈਲਿਡ ਪੁਆਇੰਟ ਅਸ਼ਮਿਤਾ ਕਿ ਬੱਚੇ ਸਾਡੇ ਇਨਵੋਲਵ ਕਿਵੇਂ ਕਰੀਏ ਅਸੀਂ ਜਾ ਕੇ ਤੁਸੀਂ ਸਾਡੇ ਪ੍ਰੋਗਰਾਮ ਹੋਸਟ ਕਰਦੇ ਹੋ ਮੈਨੂੰ ਪਤਾ ਹੈ ਤੁਸੀਂ ਸਾਨੂੰ ਇਹ ਵੀ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਲਿਆਉਣਾ ਚਾਹੁੰਦੇ ਸੀਗੇ ਲੇਕਿਨ ਉਹ ਕਹਿੰਦੇ ਕਿ ਇਸ ਡੈਡ ਮਮ ਵਟ ਵੀ ਵਿਲ ਡੂ ਗੋ देयर ਬਟ ਅਸੀਂ ਹੁਣ ਤੁਹਾਨੂੰ ਇਸ ਗੱਲ ਦਾ ਪ੍ਰੋਮਿਸ ਵੀ ਕਰਦੇ ਹਾਂ ਕਿ ਜਦ ਨੈਕਸਟ ਟਾਈਮ ਅਸੀਂ ਤੁਹਾਡੇ ਕੋਲ ਆਵਾਂਗੇ ਅਸੀਂ ਅਜਹੀ ਪ੍ਰੋਗਰਾਮਿੰਗ ਤੁਹਾਡੇ ਕੋਲ ਲੈ ਕੇ ਆਵਾਂਗੇ ਤਾਂ ਕਿ ਤੁਹਾਡੇ ਬੱਚੇ ਵੀ ਉਸ ਡਿਬੇਟ ਦਾ हिस्सा बन सकन आई मीन अल्टीमेटली जो इथे फैमिलीज माइग्रेट हुई हैं यू नो सारे ओही ड्रीम लेके आंदे के सानू शायद स्ट्रगल करनी पे कोई गल you know, नहीं पर ਸਾਡੇ ਬੱਚਿਆਂ ਲਈ ਉਹਨਾਂ ਦੀ ਜ਼ਿੰਦਗੀ ਸਫਲ ਹੋਣੀ ਚਾਹੀਦੀ ਹੈ बिकॉज़ ਅਸੀਂ ਇਸ ਕਰਕੇ ਸੋਚਿਆ ਅਸ਼ਮਿਤਾ ਐਂਡ ਵੀ ਯੂ نو ਅਸੀਂ ਸਮਝਦੇ ਹਾਂ ਕਿਉਂਕਿ बिकॉज़ एज़ इन ਯੰਗ ਫੇਸ ਆਫ दिस टीवी स्टेशन सो ਸਾਨੂੰ ਪਤਾ ਕਿ ਬੱਚਿਆਂ ਦੇ ਵੀ ਕੀ ਇਸ਼ੂਜ਼ ਨੇ ਤੇ ਅਸੀਂ ਚਾਹੁੰਦੇ ਤੁਸੀਂ ਵੀ ਸਾਨੂੰ ਗਾਈਡ ਕਰੋ ਜੇ ਸਾਨੂੰ ਲੱਗਦਾ ਕਿ ਇਹ ਇਸ਼ੂਜ਼ ਤੋਂ ਇਲਾਵਾ ਹਰ ਕੀਰਤ ਨਸ਼ਮਤਾ ਤੁਸੀਂ ਐਜਾ ਉੱਤੇ ਵੀ ਗੱਲ ਕਰਿਆ ਕਰੋ ਅਸੀਂ ਜ਼ਰੂਰ ਗੱਲ ਕਰਾਂਗੇ ਔਰ ਅਸੀਂ ਤੁਹਾਡੀ ਆਵਾਜ਼ ਬੱਚਿਆਂ ਦੀ ਆਵਾਜ਼ ਬਣਨਾ ਚਾਹੁੰਦੇ ਆ ਤੁਸੀਂ ਸਾਨੂੰ ਕਾਲ ਕਰੋ ਕਾਲ ਕਰਕੇ ਹੁਣੇ ਹੀ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਸਾਡੇ ਨਾਲ ਸਾਂਝੇ ਕਰੋ ਵਾਟ ਐਵਰ ਯੂ ਵਾਂਟ ਟੂ Uh, you know, give your comments on this particular mudda today. Yeah. We are uh, here. We welcome you. Yeah, and On one of my trips, uh, I got to go to Houston. Othe apni nanakser colony establish uh, kiti huye. Raj gil uh, family. Ona uh, the uh, leadership the uh, naal community the bahot uh, hi uh, forward thinking jo members hagi uh, unane puri gated community nanakser colony the na the establish. ਕੀ ਉਥੇ ਸਾਰੇ ਬੱਚੇ ਸਾਰੇ ਬੱਚੇ ਕਮਿਊਨਿਟੀ ਰਲ ਕੇ ਉਹਨਾਂ ਨੂੰ ਸਾਰੀ ਸਪੋਰਟ ਦਿੰਦੀ ਹੈ ਭਾਵੇਂ ਉਹ ਸਕੂਲ ਦਾ ਡ੍ਰੌਪ ਆਫ ਹੋਏ ਜਾਂ ਸਕੂਲ ਦਾ ਪਿਕ ਅਪ ਜਾਂ ਕੋਈ ਸਪੋਰਟਸ ਦੀ ਉਹਨਾਂ ਦੀ ਹੈਲਪ ਐਨੀਥਿੰਗ ਦੇ 올 हेल्प ইচ अदर टुগেদার সো ਸਾਡੇ ਤਾਂ ਕਹਿੰਦੇ ਕਿ ਯੂ نو ইট ٹیکਸ ਅ ਵਿਲੇਜ রাইਟ ਬਟ ਉਥੇ ਹਿਊਸਟਨ ਵਿੱਚ اے ਫੈਮਿਲੀਜ਼ ਕਰ ਰਹੀਆਂ ਦੇ ਆਰ ਡੂਇੰਗ ਥਿਸ ਇਨ ਰੀਅਲ ਟਾਈਮ রাইਟ ਸੋ ਫॉर ਅਸ ਦੈਟ ਇਜ਼ ਅ ਲਰਨਿੰਗ ਐਕਸਪੀਰੀਅੰਸ ਦੈਟ ਕਰਨ ਨੂੰ ਤਾਂ ਹੋ ਸਕਦਾ ਹੈ we just as a community need to figure out what is the support that our kids need what is the support the next generation needs and what are the issues jo unna nu successful bana sakde agar apa un issues nu chuk ke properly address kariye matlab kenda power ki tano ki lagda 2019 de vich assi tade kol aaye vak vak assi townan de vich gaye assi program thade nal kitte par tano tusi hor sade to ki expect karde ho ਤਾਨੂੰ ਲੱਗਦਾ ਕਿ ਜਸ ਪੰਜਾਬੀ ਅਗਰ ਆਵਾਜ਼ ਹੈਗੀ ਇਹ ਕਮਿਊਨਿਟੀ ਦੀ ਤੇ ਇਹ ਆਵਾਜ਼ ਹੋਰ ਕਿਵੇਂ ਬੁਲੰਦ ਹੋ ਸਕਦੀ ਹੈ ਤੁਸੀਂ ਆਪਣੀ رائے ਸਾਨੂੰ ਹੁਣੇ ਹੀ ਕਾਲ ਕਰਕੇ ਸਹੀ ਟਲਿਖੇ ਨੰਬਰ ਦੇ ਉਤੇ ਦੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ 2020 ਤੋਂ 20 ਦੇ ਵਿੱਚ ਹੋਰ ਅੱਗੇ ਸਮੇਂ ਦੇ ਵਿੱਚ ਅਸੀਂ ਕੀ ਕੁਝ ਤੁਹਾਡੇ ਲਈ ਲੈ ਕੇ ਆ ਸਕਦੇ ਹਾਂ ਸ਼ਮਿਤਾ ਯਾ ਐਂਡ ਦੀ ਦੀ బిਗੇਸਟ ਥਿੰਗ ਇਜ਼ ਥਿਸ ਇਜ਼ ਨਾਓ ਐਟ ਅ ਟਰਨਿੰਗ ਪੁਆਇੰਟ ਵੇਰ ਪਿਛਲੇ ਸਾਲ ਸਾਡੀ ਸਿੱਖ ਕਮਿਊਨਿਟੀ ਕਿੰਨੀ ਬ੍ਰਾਈਟ ਲਾਈਟ ਵਿੱਚ ਆਈ ਰਾਈਟ ਜਦੋਂ ਆਪਾਂ ਟੈਕਸਿਸ ਦੀ ਗੱਲ ਕਰਦੇ ਹਾਂ ਸ਼ਹੀਦ ਸੰਦੀਪ ਸਿੰਘ ਧਾਲੀਵਾਲ ਉਹਨੂੰ ਜੌਬ ਤੇ ਸ਼ਰਫ ਡਿਪਾਰਟਮੈਂਟ ਵਿੱਚ ਲੱਗਿਆ ਹੋਇਆ ਜੌਬ ਤੇ ਉਹਦਾ ਜਦੋਂ ਮਰਡਰ ਹੋਇਆ ਉਸ ਤੋਂ ਬਾਅਦ ਪੂਰੇ ਹਿਊਸਟਨ ਸ਼ਹਿਰ ਨੇ ਕਿੰਨੀ ਵੱਡੇ ਤਰੀਕੇ ਨਾਲ ਉਹਨੂੰ ਸਨਮਾਨਿਤ ਕੀਤਾ ਬਿਲਕੁਲ ਐਂਡ ਵੀ ਪ੍ਰਾਊਡ ਕਿ 2015 ਦੇ ਵਿੱਚ ਪਹਿਲੀ ਵਾਰ ਟੈਕਸਸ ਦੇ ਵਿੱਚ ਅਗਰ ਕੋਈ ਸਿੱਖ ਵੰਜੋ ਸਾਹਮਣੇ ਆਇਆ ਸ਼ਾਹਰਿਫ ਤਾਂ ਉਹ ਸੰਦੀਪ ਸਿੰਘ ਢਾਲੀਵਾਲ ਸੀਗੇ ਜੀ ਪੂਰੇ ਸਰੂਪ ਸਿੱਖੀ ਸਰੂਪ ਦੇ ਨਾਲ ਐਂਡ ਉਹਨੂੰ ਉਹਦੇ ਸ਼ਹੀਦੀ ਕਰਕੇ ਹੁਣ ਉਹ ਸ਼ਾਰਜ ਤਾਂ ਡੈਫੀਨੇਟਲੀ ਬਟ ਪੂਰੇ ਕੰਟਰੀ ਵਿੱਚ ਉਹ ਨਾ ਜਾਣਿਆ ਜਾਂਦਾ ਰਾਈਟ ਰਾਈਟ ਸੋ ਜੋ ਸਾਡੇ ਬੱਚੇ ਕਹਿੰਦੇ ਕਿ ਸਾਨੂੰ ਯੂਐਸਏ ਜਾਂ ਕੈਨੇਡਾ ਯੂਕੇ ਇਹਨਾਂ ਦੇ ਸਿਸਟਮਸ ਵਿੱਚ ਇਨਵੋਲਵ ਹੋਣਾ ਹੈ ਸਾਡੇ ਵੱਲੋਂ ਉਹਨਾਂ ਨੂੰ ਸਪੋਰਟ ਮਿਲ ਰਹੀ ਹੈ ਆਰ ਵੀ ਸਪੋਰਟਿੰਗ ਥੈਮ ਜੋ ਪੇਰੈਂਟਸ ਹੈਗੇਨ ਬੱਚਿਆ ਦੇ ਉਹਨਾਂ ਨੂੰ ਸਪੋਰਟ ਕਰਦੇ ਕਿ ਅਗਰ ਸਾਡਾ ਬੱਚਾ ਪੁਲਿਸ ਡਿਪਾਰਟਮੈਂਟ ਚ ਜਾਣਾ ਚਾਹੁੰਦਾ ਹੈ ਸ਼ਾਇਦ ਉਹ ਡਾਕਟਰ ਲਾਇਰ ਨਹੀਂ ਬਣਨਾ ਚਾਹੁੰਦਾ ਡੂ ਵੀ ਸਪੋਰਟ ਥੈਮ ਰਾਈਟ ਐਗਜੈਕਟਲੀ ਤੇ ਕਾਫੀ ਸਾਰੇ ਜਿਹੜੇ ਇਸ਼ੂਸ ਮੈਨੂੰ ਲੱਗਦਾ ਹੈ ਕਿ ਕਮਿਊਨਿਟੀ ਦੇ ਵਿੱਚ ਹਜੇ ਵੀ ਹੈਗੇ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਨ ਦੀ ਲੋੜ ਹੈ ਤੁਸੀਂ ਕਾਲ ਕਰੋ ਸਾਨੂੰ ਦੱਸੋ ਕਿ ਕਿਹੜੇ ਕਿਹੜੇ ਇਸ਼ੂਸ ਨੇ 2019 ਜਿੱਥੇ ਅਸੀਂ ਗੁਰਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਜਿੱਥੇ ਗੁਰੂ ਸਾਹਿਬ ਵੀ ਬਾਹਰ ਗਏ ਉਹਨਾਂ ਨੇ ਵੀ ਲੋਕਾਂ ਨੂੰ ਪੜਿਆ ਕਿ ਲੋਕਾਂ ਦੇ ਵਿੱਚ ਕਿਸ ਗੱਲ ਦਾ ਵਹਿਮ ਹੈਗਾ ਕਿਸ ਗੱਲ ਦੇ ਉਹ ਦੁਚਿੱਤੀ ਦੇ ਵਿੱਚ ਪਏ ਹੋਏ ਨੇ ਕਿਉਂ ਦਿਨ ਵਾਰ ਦਿਨ ਸੁਪਰਸਟੀਸ਼ਨਸ ਬਣੇ ਜਾ ਰਹੇ ਨੇ ਲੇਕਿਨ ਸਾਡੀ ਕੋਸ਼ਿਸ਼ ਸੀਗੀ ਕਿ ਅਸੀਂ ਤੁਹਾਡੇ ਕੋਲ ਪਹੁੰਚੀਏ ਤੁਸੀਂ ਸਾਡੇ ਤੋਂ ਕੀ ਚਾਹੁੰਦੇ ਹੋ ਤਾਂ ਕਿ ਸਾਡੇ ਜਿਹੜੇ ਸੀਈਓ ਨੇ ਪੈਨਿਕ ਸੰਧੂ ਉਹਨਾਂ ਨੂੰ ਪਤਾ ਚੱਲ ਸਕੇ ਕਿ ਮੇਰੇ ਟੀਵੀ ਸਟੇਸ਼ਨ ਤੋਂ ਲੋਕਾਂ ਨੂੰ ਇਹ ਕੁਝ ਉਮੀਦਾਂ ਹਨ ਇਸ ਉਹਨਾਂ ਉਮੀਦਾਂ ਦੇ ਉੱਤੇ ਅਸੀਂ ਖਰੇ ਉਤਰ ਰਹੇ ਕਿ ਨਹੀਂ ਉਤਰ ਰਹੇ ਅਗਰ ਉਤਰਿਆ ਤਾਂ ਕਿਵੇਂ ਉਤਰਿਆ ਜੇਕਰ ਨਹੀਂ ਉਤਰੇ ਅਸੀਂ ਉਹ ਵੀ ਤੁਹਾਡੇ ਤੋਂ ਜਾਨਣਾ ਚਾਹੁੰਦੇ ਹਾਂ ਕਿ ਕਿਵੇਂ ਅਸੀਂ ਨਹੀਂ ਉਤਰ पाए ਕਿਉਂਕਿ ਹਰ ਟਾਊਨ ਦੇ ਵਿੱਚ ਵਕ ਵਕ ਪਰਸਨੈਲਿਟੀਆਂ ਹੁੰਦੀਆਂ ਹਨ ਅਸੀਂ ਉਹਨਾਂ ਨੂੰ ਵੀ ਰੀਚ ਆਊਟ ਕਰਨਾ ਚਾਹੁੰਦੇ ਹਾਂ ਤੁਹਾਨੂੰ ਵੀ ਮਿਲਣਾ ਚਾਹੁੰਦੇ ਹਾਂ ਜੇਕਰ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਸਾਡੇ ਆਪਣੇ ਸ਼ਹਿਰ ਦੇ ਵਿੱਚ ਬੁਲਾ ਕੇ ਪ੍ਰੋਗਰਾਮ ਨੂੰ ਹੋਸਟ ਕਰਾਉਣਾ ਚਾਹੁੰਦੇ ਮੈਨੂੰ ਈਮੇਲ ਕਰ ਸਕਦੇ ਹੋ info@jazzbroadcasting.com harkeerat@jazzbroadcasting.com अश्मिता एट जस्ट ब्रॉडकास्टिंग डॉट कॉम ਦੇ ਉਤੇ ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਹੀ ਹਾਂ ਔਰ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਅਸੀਂ ਲਾਵਾਂਗੇ ਤੁਹਾਡੀ رائے ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਬਰਫੇ ਸਾਰੇਾਂ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਹਰਕੀਰਤ ਗੱਲ ਹੋ ਰਹੀ ਹੈ 2019 ਦੀ ਤੇ 2019 ਦੇ ਜੋ ਸਾਡੇ ਐਕਸਪੀਰੀਐਂਸਿਸ ਰਹੇ ਜੋ ਆਪਾਂ ਸਿੱਖਿਆ ਲੋਕਾਂ ਦੇ ਸ਼ਹਿਰਾਂ ਚ ਜਾ ਕੇ उन एक्सपीरियंसेस तो उन लेसन्स तोपा हाउ आर वी मूविंग फॉरवर्ड व्हाट न्यू थिंग्स आर वी गोना ब्रिंग फॉर आवर ऑडियंस ऑल ओवर द वर्ल्ड जसਾਨੂੰ ویکھ رہے ہیں انہاں نے نواں پکی کر رہے ہیں اس سال اینڈ ان دی ایئرز ٹو کم اٹس ا نیو ڈیکیڈ بٹ مینوں لگدا کولا یس سو وی ہیو کالرز ناؤ ان دی کال سو انہاں نوں وی اپنا سن لینے ہیں سستے کال جی ਤੁਸੀਂ آن ایئر کون بول رہے ہیں کتھوں بول رہے ہیں ਪਿਆਰ ਕਰੇ ਸਸਤਰੀ ਕਾਲ ਸਸਤਰੀ ਕਾਲ ਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਆ ਇਧਰੋਂ ਕੈਲੀਫੋਰਨੀਆ ਤੋਂ ਬੋਲਦਾ ਤੁਹਾਨੂੰ ਸਭ ਤੋਂ ਪਹਿਲਾਂ ਸਾਰ ਦੋਨਾਂ ਨੂੰ ਪਹਿਲਾਂ ਆਪਣੇ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈ ਹੋਵੇ ਜੀ ਤੁਹਾਨੂੰ ਵੀ ਬਹੁਤ-ਬਹੁਤ ਹੌਂ ਤੁਹਾਨੂੰ ਵੀ ਬਹੁਤ-ਬਹੁਤ ਹੌਂਕੀ ਹੁਣ ਜਿਹੜਾ ਤੁਸੀਂ ਮੁੱਦਾ ਚੱਲਦਾ ਸਿੱਖ ਧਰਮ ਦੇ ਬਾਰੇ ਸਿੱਖਾਂ ਦੇ ਬਾਰੇ ਜੀ ਇਹਦਾ ਜਿੱਥੇ ਮੋੜਿਆ ਹਰਕੀਰਤ ਸਿੰਘ ਜੀ ਉਥੋਂ ਇਹਦੀਆਂ ਜਿਹੜਾ ਹੋਖਲੀਆਂ ਹੋ ਰਹੀਆਂ ਬਾਹਰ ਤਾਂ ਜ਼ਰੂਰ ਅਫਰਾਲੇ ਹੋ ਰਹੇ ਆ ਜੀ ਜੀ ਅੱਤ ਹੁਣ ਜਿੰਨਾ ਚਿਰ 9 ਮਾਸ ਦਾ ਰਿਸ਼ਤਾ ਨਹੀਂ ਟੁੱਟਦਾ ਇਹ ਉੱਥੇ ਸਾਡਾ ਤਾਂ ਕਦਮ ਕਰਦਾ ਨਾ ਇੰਨੀ ਅੱਛਾ ਜੀ 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 ਹਾਂ ਜੀ ਬਾਕੀ ਇਹ ਸੋਚੋ ਤੇ ਹੁਣ ਕਿੱਦਾਂ ਬਚਾਉਣਾ ਇੰਡੀਆ 'ਚ ਬਿਲਕੁਲ 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 ਤੁਹਾਨੂੰ ਹੋਰ ਕੀ ਲੱਗਦਾ ਕਿਹੜੇ ਕਿਹੜੇ ਇਸ਼ੂਜ਼ ਦੇ ਉੱਤੇ ਹੋਰ ਗੱਲ ਕਰਨ ਦੀ ਲੋੜ ਹੈਗੀ ਆ ਹੋਰ ਹੈਗੀ ਆ ਵੀ ਇੱਥੇ ਆਪਣੇ ਪਹਿਚਾਨ ਕਰਾਓ ਇਹ ਆ ਤੇ ਸਾਡਾ ਜਿਹੜਾ ਆ ਅਮਰੀਕਾ 'ਚ ਜਾਣ ਸਾਡੇ ਜਿਹੜੇ ਅਟੈਕ ਹੁੰਦੇ ਆ ਉਹ ਬਚੋ ਉਹਨਾਂ ਤੋਂ கரੈਕਟ ਕਰੈਕਟ ਕਰੈਕਟ ਆਈ ਥਿੰਕ ਆਈ ਥਿੰਕ ਅਸ਼ਮਿਤਾ ਦੈਟਸ ਆ ਵੈਲਿਡ ਪੁਆਇੰਟ ਥੈਂਕ ਯੂ ਵੈਰੀ ਮਚ ਤੁਸੀਂ ਸਾਨੂੰ ਕਾਲ ਕੀਤਾ ਤੇ ਅਸੀਂ ਆਪਣੇ ਹੋਰ ਵੀ ਦਰਸ਼ਕਾਂ ਨੂੰ ਕਹਾਂਗੇ ਜੇਕਰ ਤੁਸੀਂ ਵੀ ਆਪਣੇ ਵਿਚਾਰ ਇਸ ਮੰਚ ਦੇ ਉੱਤੇ ਰੱਖਣਾ ਚਾਹੁੰਦੇ ਤਾਂ ਇਸ ਹੇਟ ਲਿਖੇ ਨੰਬਰ ਦੇ ਉੱਤੇ ਜੋ ਟੀਵੀ ਸਕਰੀਨ ਦੇ ਉੱਤੇ ਅਸੀਂ ਫਲੈਸ਼ ਕਰ ਰਹੇ ਹ I think recognition is a big issue. ਜਦੋਂ ਪਛਾਣ ਦੀ ਗੱਲ ਆਉਂਦੀ ਹੈ ਹਰਕਿਰਤ ਐਟ ਦੀ ਐਂਡ ਆਫ ਦਿ ਡੇ ਪਛਾਣ ਸਾਡੀ ਸਭ ਤੋਂ ਜ਼ਿਆਦਾ ਕੈਰੀ ਆਨ ਸਾਡੇ ਬੱਚੇ ਹੀ ਕਰ ਸਕਦੇ ਆ। ਜਦੋਂ ਸਾਡੇ ਬੱਚੇ ਜੋ ਗੋਰਿਆਂ ਦੇ ਸਕੂਲ ਚ ਜਾਂਦੇ ਗੋਰਿਆਂ ਕੰਪਨੀਆਂਜ਼ ਵਿੱਚ ਕੰਮ ਕਰਦੇ ਆ ਜਦੋਂ ਉਹ ਸਿੱਖੀ ਸਰੂਪ ਵਿੱਚ ਕੰਮ ਕਰਨਗੇ ਸਕੂਲ ਵਿੱਚ ਪੜ੍ਹਨਗੇ ਤਦ ਹੀ ਸਾਡੀ ਪਛਾਣ ਪ੍ਰਿਜ਼ਰਵ ਹੋਏਗੀ। Exactly because ਉਹਦਾ ਐਗਜ਼ਾਮਪਲ ਅਸੀਂ ਵੇਖਦੇ ਆ ਵੀ ਆ ਕਵਰ ਵੀ ਕਰਦੇ ਆ ਹੁਣ ਹਾਲ ਫਿਲਾਲ ਦੇ ਵਿੱਚ ਅੱਜ ਜਿੱਥੇ ਅਸੀਂ ਹਰ ਸਾਲ ਯੂਬਾ ਸਿਟੀ ਦੀ ਪਰੇਡ ਕਵਰ ਕਰਦੇ ਹਾਂ ਰਾਈਟ ਜਿੱਥੇ ਅਸੀਂ ਮੈਨਹੈਟਨ ਦੇ ਵਿੱਚ ਸਿੱਖ ਤੇ ਪਰੇਡ ਇੰਨੀ ਵੱਡੀ ਤعداد ਦੇ ਵਿੱਚ ਲੋਕ ਵੇਖਦੇ ਹਨ ਕਿ ਇਹ ਕੌਣ ਲੋਕ ਨੇ ਕੀ ਹੈ ਪਰੇਡ ਕਿਉਂ ਪਰੇਡ ਕੱਢ ਰਹੇ ਨੇ ਇਹਨਾਂ ਨੇ ਟਰਬਨ ਕਿਉਂ ਬੰਦੀ ਹੋਈ ਆਈ ਥਿੰਕ ਦੈਟਸ ਅ ਵੈਰੀ ਗੁੱਡ ਰੈਕਗਨੀਸ਼ਨ ਜਿੱਥੇ ਅਜਰ ਰਵੀ ਪੱਲਾ ਜਿਹੜੇ ਮੇਅਰ ਨੇਸ ਆ ਨਿਊ ਜਰਸੀ ਦੇ ਉਹ ਬੋਕਿੰਦੇ ਉਹ ਜਦ ਪਛਾਣ ਬਣਾਉਂਦੇ ਹਨ ਨਾ ਜਾ ਕੇ ਲੋਕਾਂ ਦੇ ਵਿੱਚ ਸੋ ਆਈ ਥਿੰਕ ਮਿਸਟਰ ਸਹਾਣੀ ਜਿਹੜੇ ਨੇ ਅਟਾਰਨੀ ਜਨਰਲ ਨੇ ਉਹ ਜਾ ਕੇ ਆਪਣੀ ਪਛਾਣ ਬਣਾ ਰਹੇ ਨਾ ਜਦ ਤੱਕ ਜਦ ਅਸੀਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਵਾਂਗੇ ਤਾਂ ਸਾਨੂੰ ਲੱਗਦਾ ਕਿਥੇ ਨਾ ਕਿਥੇ ਸਾਡੀ ਰਿਕਗਨੀਸ਼ਨ ਉਹ ਬਣ ਸਕਦੀ ਹੈ ਔਰ ਬਣ ਵੀ ਰਹੀ ਹੈ ਯਾ ਯਾ ਐਂਡ ਇਹ ਜੋ ਪਿਛਲਾ ਸਾਲ ਰਿਹਾ ਇਹ ਪੋਲਿਟੀਕਲ ਸਾਈਡ ਤੇ ਵੀ ਸਾਡੀ ਕਮਿਊਨਿਟੀ ਲਈ ਇੰਨਾ ਇੰਪੋਰਟੈਂਟ ਸੀਗਾ ਯੂ ਐਸ ਕੈਪੀਟਲ ਵਿੱਚ ਵਿਸਾਖੀ ਦੇ ਟਾਈਮ ਵਿੱਚ ਸਾਡੀ ਕਮਿਊਨਿਟੀ ਦੀ ਵਿਸਾਖੀ ਦੀ ਕੀ ਇੰਪੋਰਟੈਂਸ ਹੈ ਉਹ ਰੈਕਗਨਾਈਜ਼ ਹੋਈ ਗਈ ਉਹ ਅੱਜ ਯੂਨਾਈਟਿਡ ਸਟੇਟਸ ਦੀ ਕਾਂਗਰਸ ਦੀ ਪਰਮਨੈਂਟ ਰੈਕੋਰਡ ਵਿੱਚ ਹਿਸਟਰੀ ਬਣ ਚੁੱਕੀ ਹੈ ਕਿ ਵਿਸਾਖੀ ਸਿੱਖਾਂ ਲਈ ਕੀ ਮਾਇਨੇ ਰੱਖਦੀ ਹੈ ਇਹ 2019 ਵਿੱਚ ਹੋਇਆ ਐਂਡ ਆਈ ਥਿੰਕ ਜਿਹੜਾ ਹੁਣ 1 ਅਕਤੂਬਰ ਹੈ ਉਹਨੂੰ ਵੀ ਸੰਦੀਪ ਧਾਲੀਵਾਲ ਡੇ ਦੇ ਵਜੋਂ ਜਿਹੜਾ ਸੈਲੀਬ੍ਰੇਟ ਕੀਤਾ ਜਾਵੇਗਾ ਜਿਹੜਾ April ਮਨਥ ਹੈਗਾ ਕਈ ਸਾਰੀ ਜਿਹੜੀ ਪੈਂਸਿਲਵਨੀਆ ਅਸੈਂਬਲੀ ਦੀ ਗੱਲ ਕਰ ਲਵਾਂ ਮੈਂ ਅਗਰ ਮੈਂ ਕਨੈਕਟਿਕਟ ਅਸੈਂਬਲੀ ਦੀ ਗੱਲ ਕਰ ਲਵਾਂ ਤੇ ਉਹਨਾਂ ਦੇ ਵਿੱਚ ਵੀ ਸਿਕ ਹੈਵਰਨੈਸ ਮਨਥ ਦੇ ਵਜੋਂ April ਜਿਹੜਾ ਮਹੀਨਾ ਹੈਗਾ ਉਹ ਹੁਣ ਪਛਾਣਿਆ ਜਾਏਗਾ ਇਕਵੈਲਿਟੀ ਡੇ ਤੱਕ ਦਾ ਜਿਹੜਾ ਰੈਜ਼ੋਲਿਊਸ਼ਨ ਸੀਗਾ ਉਹ ਪਾਸ ਕਰਾਇਆ ਗਿਆ ਹੈ ਸੈਨੇਟ ਅਸੈਂਬਲੀ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਸਾਡੇ ਬੁੱਧੀਜੀਵੀ ਹਨ ਜਿਨ੍ਹਾਂ ਨੂੰ ਅਸੀਂ ਪੈਰੋਕਾਰ ਵੀ ਕਹਿੰਦੇ ਹਾਂ ਉਹ ਕੰਮ ਵੀ ਕਰ ਰਹੇ ਹਨ ਆਈ ਥਿੰਕ ਵੀ ਹੈਵ ਟੂ ਲਰਨ within the community yeah. you can yeah. see the example of jewish community absolutely jado jewish community vich tusi gal karde ho sab to zyada oh value pande ik ta education te ik apne religion de vich har ik bachcha community ral ke onu padhandi vi hai te sikhandi vi ke toda religion ki hai muh zubani unna nu toran nu padhna anda hai shuru to hi choti umar to hi right because puri community oh jamma chakdi hai ki eh saadi responsibility hai kise ik di akele di nahi hegi jado aandi hai trip road trips di gal eh ਜੋ ਰੋਡ ਟ੍ਰਿਪਸ ਆਪਾਂ ਕੀਤੇ ਇਹਨਾਂ ਵਿੱਚ ਆਪਾਂ ਸਿੱਖਿਆ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਜੋ ਆਪਣੀ ਕਮਿਊਨਿਟੀ ਵਿੱਚ ਫੇਸ ਹੋ ਰਹੀ ਹੈ ਉਹ ਸਾਡੇ ਕਲਚਰ ਸਾਡੀ ਸਿੱਖੀ ਨੂੰ ਪ੍ਰੀਜ਼ਰਵ ਕਿੱਦਾਂ ਕਰ ਸਕੀ ਆਪਾਂ ਤੇ ਬੱਚਿਆਂ ਨੂੰ ਕਿੱਦਾਂ ਆਪਾਂ ਸਿੱਖੀ ਨਾਲ ਜੋੜ ਕੇ ਰੱਖੀਏ ਹਰ ਕੀਰਤ ਆਲ ਆਫ ਦ ਥਿੰਗਸ ਜੋ ਆਪਾਂ ਪੋਲਿਟੀਕਲ ਸਿਸਟਮ ਵਿੱਚ 2019 ਵਿੱਚ ਅਕੰਪਲਿਸ਼ ਕੀਤੀ ਜਿਨ੍ਹਾਂ ਦੇ ਵਿੱਚ ਜਸ ਪੰਜਾਬੀ ਕਵਰੇਜ ਲਈ ਪਹੁੰਚਿਆ ਹਰ ਇੱਕ ਇਵੈਂਟ ਹਰ ਇੱਕ ਛੋਟੀ ਮੀਡੀਅਮ ਤੇ ਲਾਰਜ ਸਾਈਜ਼ ਇਵੈਂਟ ਤੇ ਸਾਨੂੰ ਇਹ ਸਿੱਖਣ ਨੂੰ ਮਿਲਿਆ ਕਿ ਇਹ ਤਾਂ ਚੀਜ਼ਾਂ ਸਿਗੀਆਂ ਜੋ ਆਪਣੀ ਪੇ ਜੀ ਜਨਰੇਸ਼ਨ ਸੈਕੰਡ ਜਨਰੇਸ਼ਨ ਇੱਥੇ ਇਮੀਗ੍ਰੇਟ ਹੋਈਏ ਉਹਨਾਂ ਦੀ 20 25 30 ਸਾਲਾਂ ਦੀ ਐਫਰਟ ਕੰਮ ਦੇ ਇਹ ਰਿਜ਼ਲਟ ਸੀਗੇ ਤੇ ਜੋ ਇੱਥੋਂ ਹੁਣ ਆਪਾਂ ਅੱਗੇ ਲੈ ਕੇ ਜਾਣਾ ਹੈ ਉਹ ਸਾਡੀ ਜਨਰੇਸ਼ਨ ਲੈ ਕੇ ਜਾਣਾ ਐਗਜੈਕਟਲੀ ਜਿਵੇਂ ਕਿ ਮੈਂ ਤੁਹਾਨੂੰ ਐਗਜਾਮਪਲ ਤੌਰ ਤਰ ਤੇ ਦੱਸ ਦਵਾਂ ਆਪਣੇ ਹੀ ਚੈਨਲ ਦੇ ਵਿੱਚ ਸਾਡੇ ਜਿਹੜੇ ਸੀਈਓ ਨੇ ਪੈਨਿਕ ਕੇ ਸੰਤੂ ਜੀ ਉਹਨਾਂ ਨੇ 12-13 ਸਾਲ ਜਿਹੜੀ ਮਿਹਨਤ ਕਰਕੇ ਇਸ ਚੈਨਲ ਨੂੰ ਸਟੈਂਡ ਕੀਤਾ ਤੇ ਹੁਣ ਅਸ਼ਮਿਤਾ ਹੈ ਉਹਨਾਂ ਦੀ ਡਾਟਰ ਨੇ ਤੇ ਜਿਵੇਂ ਉਹ ਹੁਣ ਅੱਗੇ ਉਮੀਦਾਂ ਹਨ ਕਿ ਉਹ ਅੱਗੇ ਲੈ ਕੇ ਜਾਣਗੀ ਔਰ ਜਿਵੇਂ ਤੁਸੀਂ ਲੈ ਕੇ ਜਾ ਵੀ ਰਹੇ ਹੋ ਔਰ ਜਿਵੇਂ ਕਿ ਇਸ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਆ ਵੇਖਦੇ ਹਾਂ ਇਸ ਚੈਨਲ ਕੀ ਕਿਵੇਂ ਅਸੀਂ ਲੋਕਾਂ ਨੂੰ ਕਨੈਕਟ ਕਰ ਸਕਦੇ ਹਾਂ ਔਰ ਅਸੀਂ ਉਸ ਕੰਮ ਨੂੰ ਕਰਕੇ ਵੀ ਵਿਖਾਇਆ ਜਿੱਥੇ ਅਸੀਂ ohio ਦੇ ਵਿੱਚ ਸੀਗੇ ਤਾਂ ਅਸੀਂ demoin's ਦੇ ਵਿੱਚ ਜਿਹੜੇ ਸਾਡੇ ਐਂਟਰਪ੍ਰੈਨਰ ਸੀਗੇ ਉਹ ਬਿਜ਼ਨਸਮੈਨ ਜਿਹੜੇ ਉੱਥੇ ਮੌਜੂਦ ਸੀਗੇ ਉਹਨਾਂ ਨੂੰ ਕਨੈਕਟ ਕਰਵਾਇਆ ਜਿਹੜੇ ਸਾਡੇ demoin's ਦੇ ਵਿੱਚ ਮੌਜੂਦ ਸੀਗੇ ਜੋ ਕਿ reno ਦੇ ਵਿੱਚ ਵੱਸਦੇ ਸੀਗੇ ਉਹਨਾਂ ਨੂੰ ਅਸੀਂ ਕਨੈਕਟ ਕਰਾਇਆ ਤੇ ਜ਼ਿੰਮੇਵਾਰੀ ਲੱਗਦਾ ਕਿ ਸਾਡੀ ਵੀ ਬਣਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਕੈਂਸਸ ਦੇ ਵਿੱਚ ਹੁਣ ਅਸੀਂ ਸੁਵਿੰਦਰ ਸਿੰਘ ਜਿਨ੍ਹਾਂ ਨੇ ਗੁਰਦੁਆਰੇ ਦੇ ਵਿੱਚ ਸਾਡਾ ਪ੍ਰੋਗਰਾਮ ਹੋਸਟ ਕੀਤਾ ਉਹਨਾਂ ਨੇ ਜਸ ਪੰਜਾਬੀ ਦਾ ਸਵਾਗਤ ਕੀਤਾ ਅਸੀਂ ਬਾਕਾਇਦਾ ਦੱਸਿਆ ਵੀ ਕੈਂਸਰਸ ਬਾਰੇ ਕੈਂਸਰਸ ਦੇ ਵਿੱਚ ਸਾਨੂੰ ਫਾਈਵ ਰਿਵਰ ਟਰਾਂਸਪੋਰਟ ਤੀਰਤ ਸਿੰਘ ਉਹਨਾਂ ਨਾਲ ਵੀ ਅਸੀਂ ਮੁਲਾਕਾਤ ਕੀਤੀ ਸੋ ਬਹੁਤ ਵਧੀਆ ਸਾਨੂੰ ਲੱਗਦਾ ਕਿ ਅਸ਼ਮਿਤਾ ਸਾਡਾ ਜਿਹੜਾ ਐਕਸਪੀਰੀਅੰਸ ਹੈਗਾ ਨਾ ਕਿ ਲੋਕਾਂ ਨੂੰ ਸਾਨੂੰ ਪਤਾ ਚੱਲਿਆ ਕਿ ਉਹ ਕੀ ਪ੍ਰਮੋਟ ਕਰਨਾ ਚਾਹੁੰਦੇ ਹਨ ਸੋ ਯੂ ਆਰ ਟਾਕਿੰਗ ਅਬਾਊਟ ਜੋ ਤੁਹਾਡਾ ਰੋਡ ਟ੍ਰਿਪ ਰਿਆ ਕ੍ਰਾਸ ਕੰਟਰੀ ਦਾ ਜਿੱਥੇ ਤੁਸੀਂ ਸਾਰੀ ਸਾਡੀ ਪੂਰੀ ਟੀਮ ਨਿਊਯਾਰਕ ਤੋਂ ਸ਼ੁਰੂ ਕਰਕੇ ਕੈਲੀਫੋਰਨੀਆ ਤੱਕ ਡਰਾਈਵ ਕਰਕੇ ਗਈ ਵਖਵਖ ਸਿਟੀ ਵਿੱਚ ਹਰ ਰਾਤ ਲਾਈਵ ਪ੍ਰੋਗਰਾਮ ਹੋਇਆ ਤੇ ਉਹਦੀ ਥੋੜੀ ਜਿਹੀ ਮੈਂ ਬੈਕਗ੍ਰਾਉਂਡ ਦੱਸਦਾ ਜਸ ਪੰਜਾਬੀ 2008 ਵਿੱਚ ਸਭ ਤੋਂ ਪਹਿਲਾਂ ਸਾਊਥ ਏਸ਼ੀਅਨ ਟੀਵੀ ਚੈਨਲ ਸੀਗਾ ਜਿੰਨੇ ਯੂਬਾ ਸਿਟੀ ਨਗਰ ਕੀਰਤਨ ਨੂੰ ਲਾਈਵ ਦਿਖਾਇਆ 2008 ਦੀ ਗੱਲ ਹੈ ਉਸ ਟਾਈਮ ਤੋਂ ਲੈ ਕੇ ਹਰ ਸਾਲ ਜਸ ਪੰਜਾਬੀ ਉਸ ਇਵੈਂਟ ਨੂੰ ਵਧੀਆ ਤਰੀਕੇ ਨਾਲ ਫੁੱਲ ਤਿੰਨ ਦਿਨ ਦੀ ਲਾਈਵ ਕਵਰੇਜ ਦੇ ਨਾਲ ਦੁਨੀਆ ਵਿੱਚ ਸ਼ੇਅਰ ਕਰਦਾ ਹੈ ਇਸ ਸਾਲ ਏ ਸਾਡਾ ਮਿਸ਼ਨ ਸੀਗਾ ਕਿ ਨਾ ਕਿ ਸਿਰਫ ਆਪਾਂ ਉਹ ਤਾਂ ਕਵਰ ਕਰਨਾ ਹੀ ਕਰਨਾ ਹੈ ਬਟ ਉਸ ਤੋਂ ਪਹਿਲੇ 2 ਹਫ਼ਤੇ ਤੇ ਉਸ ਤੋਂ ਬਾਅਦ 2 ਹਫ਼ਤੇ ਪੂਰੇ ਕੰਟਰੀ ਨੂੰ ਵਿਜ਼ਿਟ ਕਰਕੇ ਲੋਕਾਂ ਦੇ ਨਾਲ ਗੱਲ ਕਰਨੀ ਐ ਐਗਜ਼ੈਕਟਲੀ ਐਂਡ ਨਾਟ ਓਨਲੀ ਯੂਬਾ ਸਿਟੀ ਵੀ ਆਲਸੋ ਕਵਰਡ ਫॉर द ਫਰਸਟ ਟਾਈਮ ਜਿਹੜੀ ਮੈਨਹੈਟਨ ਦੀ ਸਿੱਖ ਡੇ ਪਰੇਡ ਜਾਂਦੀ ਹੈ ਉਹ ਵੀ ਸਭ ਤੋਂ ਪਹਿਲੀ ਵਾਰ ਜਿਹੜੀ ਹੈ ਜਸ ਪੰਜਾਬੀ ਹੀ ਵੱਲੋਂ ਜਿਹੜੀ ਹੈ ਉਹ ਲਾਈਵ ਬ੍ਰਾਡਕਾਸਟਿੰਗ 2008 ਵਿੱਚ 2008 ਤੋਂ ਆਲ ਓਵਰ ਵਰਲਡ ਦੇ ਵਿੱਚ ਸੋ ਵੀ ਟਾਕ ਅਬਾਊਟ ਯੂ we talk your issues mm -hmm. so now we want to listen what exactly you yeah. want from us yeah. also te mai ek gal hor vi mainu yaad aundi hai ashmitab jad assi lokan de kol jaunde sige right so oh chande sige ki tusi ae issues leke aao ae issues like ohnu assi samjheya assi aake analysis kita ohnu assi baithe table de utte ta assi taiyar kita ki ae issues de utte vi jaake si gal kiti hai ਇਫ ਯੂ ਰਿਮੈਂਬਰ ਜਿਹੜਾ ਬੇਕਰਸਫੀਲਡ ਦੇ ਵਿੱਚ ਉਹ ਫੈਮਿਲੀ ਦੇ ਨਾਲ ਸਭ ਤੋਂ ਵੱਡਾ ਜਿਹੜਾ ਹਾਦਸਾ ਹੋਇਆ ਸੀਗਾ ਕਿਵੇਂ ਸਾਡੀ ਉਹ ਜਣਾ ਹਿਲਾ ਕੇ ਰੱਖ ਦਿੱਤੀਆਂ ਸੀਗੀਆਂ ਸਾਡੀ ਕਮਿਊਨਿਟੀ ਦੀ ਸੋ ਉਹਦੇ ਉੱਤੇ ਵੀ ਅਸੀਂ ਐਨਾਲਿਸਿਸ ਕਰਕੇ ਲੋਕਾਂ ਦੇ ਵਿੱਚ ਜਾ ਕੇ ਮੁੱਦਾ ਪ੍ਰੋਗਰਾਮ ਕੀਤਾ ਸੀ ਯੂ ਰਿਮੈਂਬਰ ਐਂ ਜਦੋਂ ਆਪਾਂ ਕੈਲੀਫੋਰਨੀਆ ਸੀਗੇ ਗੱਲ ਆਉਂਦੀ ਹੈ ਆਪਣੇ ਅਮਰੀਕਨ ਪੋਲਿਟਿਕਸ ਵਿੱਚ ਬੱਚਿਆਂ ਨੂੰ ਜੋੜਨਾ ਬਟ ਜੋ ਬੱਚੇ ਆਪਣੇ ਪੰਜਾਬ ਪੋਲਿਟਿਕਸ ਵਿੱਚ ਵੀ ਲੱਗੇ ਹੋਏ ਐ ਨਵਕਿਰਨ ਕੌਰ ਖਾਲਰਾ ਐਗਜ਼ੈਕਟਲੀ ਆਪਣੀ ਮਾਂ ਲਈ ਕੈਂਪੇਨਿੰਗ ਕਰਨ ਲਈ ਇੱਥੇ ਆਪਣੀ एफर्ट्स ਲਾ ਰਹੀ ਸੀ ਯੂ ਐਸ اے ਵਿੱਚ ਉਹਦੀ ਵੀ ਕਵਰੇਜ ਆਪਾਂ ਕੀ ਐਗਜ਼ੈਕਟਲੀ ਪੰਜਾਬ ਦੀ ਹੁੰਦੀ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਮਾਨਵ ਅਧਿਕਾਰਾਂ ਦੇ ਲਈ ਆਪਣੀ ਜਾਨ ਦਿੱਤੀ ਔਰ ਉਹਨਾਂ ਦੀ ਧੀ ਨਵਕਿਰਨ ਕੌਰ ਖਾਲੜਾ ਜਿਹੜੇ ਨੇ ਉਹ ਬਕਾਇਦਾ ਸੈਕਰਾਮੈਂਟੋ ਕੈਲੀਫੋਰਨੀਆ ਦੇ ਵਿੱਚ ਵੱਸਦੇ ਹਨ ਜਿਨ੍ਹਾਂ ਨੇ ਇਸ ਗੱਲ ਨੂੰ ਜ਼ਰੂਰ ਸਮਝਾਇਆ ਕਿ ਕਿਵੇਂ ਅਸੀਂ ਬੱਚਿਆਂ ਨੂੰ ਨਾਲ ਜੋੜਿਆ ਹੁਣ ਕਿਉਂਕਿ ਹੁਣ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਐਜ਼ ਅ ਯੂਥ ਅਸੀਂ ਚਾਹੁੰਦੇ ਆ ਕਿ ਅਸੀਂ ਹੁਣ ਆਵਾਜ਼ ਮਾਰੀਏ ਆਵਾਜ਼ ਬਣੀਏ ਆਵਾਜ਼ ਬਣ ਕਿਵੇਂ ਸਕਦੇ ਹਾਂ ਜਦ ਅਸੀਂ ਕਹਾਂਗੇ ਅਮਰੀਕਾ ਐਂਡ ਅਮਰੀਕਨਸ ਫਰਸਟ ਤਾਂ ਤਾਂ ਹੀ ਅਸੀਂ ਆਵਾਜ਼ ਬਣ ਸਕਦੇ ਹਾਂ ਇਸ ਮੁਲਕ ਦੇ ਵਿੱਚ ਰਹਿ ਕੇ ਅਸ਼ਮਤਾ ਐਂਡ ਇਥੇ ਰਹਿ ਕੇ ਤੁਸੀਂ ਆਪਣੀ ਪਛਾਣ ਬਿਲਕੁਲ ਬਣਾ ਸਕਦੇ ਹੋ ਆਪਾਂ ਦੇਖਿਆ ਹੁਣ ਕੋਈ ਇਦਾਂ ਦੀ ਜਗ੍ਹਾ ਨਹੀਂ ਹੈ ਜਿੱਥੇ ਪੰਜਾਬੀ ਸਿੱਖੀ ਸਰੂਪ ਵਿੱਚ ਨਹੀਂ ਇਨਵੋਲਡ ਹੈ ਬਟ ਸਾਡੇ ਨੰਬਰਸ ਨਹੀਂ ਹੈ ਇਟਸ ਵੈਰੀ अर्ਲੀ ਸਾਡੀ ਜਦੋਂ ਤੱਕ ਸਾਡੇ ਨੰਬਰਸ ਨਹੀਂ ਵਧਣਗੇ ਇਨ ਜਗ੍ਹਾਾਂ ਵਿੱਚ ਪਾਵੇਂ ਪੋਲਿਟਿਕਸ ਹੋਏ ਬਿਜ਼ਨਸ ਹੋਏ ਹੈਲਥ ਕੇਅਰ ਹੋਏ ਲੀਗਲ ਹੋਏ ਪੀਪਲ ਊਲ ਨਾਟ ਰੈਕਗਨਾਈਜ਼ ਕਿ ਇਸ ਕਮਿਊਨਿਟੀ ਦੀ ਸਟਰੈਂਥ ਕਿੰਨੀ ਖੈਗੀ கரੈਕਟ ਔਰ ਬਹੁਤ ਵਧੀਆ ਲੱਗਦਾ ਕਿ ਅਸੀਂ ਹਰ ਟੌਪਿਕ ਦੇ ਉੱਤੇ ਗੱਲ ਕੀਤੀ ਭਾਵੇਂ ਉਹ ਤੁਹਾਡੇ ਟਰਨੀ ਕਿਹੜਾ ਹੋਣਾ ਚਾਹੀਦਾ ਤੁਸੀਂ ਐਜੂਕੇਸ਼ਨ ਸਿਸਟਮ ਨੂੰ ਸਟਰੋਂਗ ਕਰਨ ਦੇ ਲਈ ਕੀ ਕੰਮ ਕਰ ਸਕਦੇ ਹੋ ਡਾਕਟਰਸ ਨਾਲ ਤੁਹਾਡਾ ਰابطਾ ਅਸੀਂ ਕਾਇਮ ਕਰਾਇਆ ਅਸੀਂ ਤੁਹਾਡਾ ਰابطਾ ਜਿਹੜਾ ਰੀਅਲ ਏਸਟੇਟ ਦੇ ਜਿਹੜੇ ਪ੍ਰੋਫੈਸ਼ਨਲ ਹਨ ਉਹਨਾਂ ਨਾਲ ਵੀ ਕਾਇਮ ਕਰਾਇਆ ਜਿਹੜੇ ਐਂਟਰਪ੍ਰੀਨੋਰਸ ਹਨ ਉਹ ਕਿਸ ਤਰੀਕੇ ਦਾ ਬਿਜ਼ਨਸ ਕਰ ਰਹੇ ਹਨ ਕੀ ਕੁਝ ਬਿਜ਼ਨਸ ਓਪਰਚ्युनिटीज ਅਮਰੀਕਾ ਦੇ ਵਿੱਚ ਤੁਹਾਡੇ ਲਈ ਮੌਜੂਦ ਹਨ ਉਦੇ ਉਤੇ ਅਸੀਂ ਤੁਹਾਡਾ ਜਿਹੜਾ ਰابطਾ ਕਾਇਮ ਕਰਾਇਆ ਤੁਸੀਂ ਆਪਣੀ ਹੈਲਥ ਨੂੰ ਹੋਰ ਕਿਸ ਕਿਸ ਤਰੀਕੇ ਨਾਲ ਸੁਧਾਰ ਸਕਦੇ ਹੋ ਸੋ ਤਮਾਮ ਜਿਹੜੇ ਪ੍ਰੋਫੈਸ਼ਨਲਸ ਜਿਹੜੇ ਇਸੀ ਕੰਟਰੀ ਦੇ ਵਿੱਚ ਰਹਿੰਦੇ ਹਨ ਔਰ ਇਸੀ ਕੰਟਰੀ ਦੇ ਵਿੱਚ ਰਹਿ ਕੇ ਤੁਹਾਨੂੰ ਐਡਵਾਈਸਿਸ ਦਿੰਦੇ ਹਨ ਸਾਨੂੰ ਬਹੁਤ ਮਾਣ ਵੀ ਮਹਿਸੂਸ ਹੁੰਦਾ ਹੈ ਲੇਕਿਨ ਅਸੀਂ ਚਾਹੁੰਦੇ ਕਿ ਜੇਕਰ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ info@justbroadcasting.com harkeerat@justbroadcasting.com ਐਂਡ ਇਫ ਯੂ ਅ ਮੇਲ ਟੂ ਅਸ਼ਮਿਤਾ ਆਲਸੋ ਅਸ਼ਮਿਤਾ@ਜਸਬ੍ਰੋਡਕਾਸਟਿੰਗ.ਕਮ ਸਾਨੂੰ ਬਹੁਤ ਵਧੀਆ ਲੱਗੇਗਾ ਅਸ਼ਮਿਤਾ ਮੇ ਨਾਲ ਕਾਲਰ ਜੁੜੇ ਹੋਏ ਨੇ ਉਹਨਾਂ ਨਾਲ ਗੱਲ ਕਰ ਲਈਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ 에ਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਹਰਕੀਰਤ ਜੀ ਤੇ ਅਸ਼ਵੀਤਾ ਜੀ ਮੈਂ ਅਸ਼ਵੀਤਾ ਜੀ ਨਾਲ ਕਈ ਵਾਰੀ ਗੱਲ ਵੀ ਕਰ ਚੁੱਕਿਆ ਹਾਂ ਵੈਰੀ ਗੁੱਡ ਅੱਜ ਵੀ ਤੁਸੀਂ ਕਰੋ ਔਨ 에ਅਰ ਹੋ ਤੁਸੀਂ ਹਾਂ ਜੀ ਉਹ ਕਈ ਵਾਰੀ ਕੁਝ ਕੱਲਾ ਲਈ ਜੇ ਪ੍ਰੋਬਲਮ ਆਵੇ ਤੇ ਉਹ ਇੰਨਾ ਮਿੱਠਾ ਬੋਲੇ ਔਰ ਇੰਨਾ ਉਹਨੇ تسਲੀਬਖਸ਼ ਮੇਰਾ ਜਵਾਬ ਦਿੱਤਾ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਠੀਕ ਹੈ ਜੀ ਕਿੱਥੋਂ ਬੋਲ ਰਹੇ ਹੋ ਤੁਸੀਂ ਗੁਰਦੀਪ ਸਿੰਘ ਜੀ ਸਿੰਦਰਮੈਂ ਓਕਲਾਹੋਮਾ ਦੇ ਤਲਸਾ ਛੋਟਾ ਸ਼ਹਿਰ ਹੈ ਵੈਰੀ ਨਾਈਸ ਹੋਰ ਦੱਸ ਦੇਣਾ ਬਾਕੀ ਸਿਖਾਵਾਂਗੇ ਤੁਹਾਡੇ ਕੋਲ ਤੁਹਾਡੀਆਂ ਗੱਲਾਂ ਤੋਂ ਸਮਝ ਆਉਂਦੀ ਹੈ ਜੀ ਕਿ ਗੁਰੂ ਨਾਨਕ ਦੇਵ ਜੀ ਨੇ ਕੁਮਕ੍ਰੀ ਧਰਮ ਨੂੰ ਅਪਣਾਇਆ ਸੀ ਉਹ ਮਸਲੀ ਦਾ ਮਕਲੂ ਹੁੰਦਾ ਹੈ ਜਗਾ ਜਗਾ ਜਾ ਕੇ ਉਹਨਾਂ ਸੰਦੇਸ਼ ਦਿੱਤਾ ਉਹਨਾਂ ਨੇ ਜਿਹੜਾ ਇਹ ਧਰਮ ਅਪਣਾਇਆ ਸੀ ਉਹੀ ਚੀਜ਼ ਤੁਸੀਂ ਕਰ ਰਹੇ ਹੋ ਤੁਸੀਂ ਸ਼ੁਰੂ ਕਰ ਦਿੱਤਾ ਹੈ ਆਲਰੇਡੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਐਸੀ ਉਹਨਾਂ ਨੂੰ ਕਾਪੀ ਨਹੀਂ ਕਰ ਸਕਦੇ ਲੇਕਿਨ ਉਹਨਾਂ ਤੋਂ ਸਬਕ ਲੈ ਸਕਦੇ ਆ ਜੋ ਸਿੱਖ ਸਕਦੇ ਹਾਂ ਉਹਨਾਂ ਤੋਂ ਹਾਂਜੀ ਉਹ ਧਰਮ ਜਿਹੜਾ ਉਹਨਾਂ ਨੇ ਅਪਣਾਇਆ ਸੀ ਉਹ ਉਹ ਉਦੋਂ ਕੋਈ ਧਰਮ ਨਹੀਂ ਸੀ ਨਾ ਸਿੱਖ ਧਰਮ ਸੀ ਨਾ ਉਹ ਧਰਮ ਸੀ ਉਹਨਾਂ ਦਾ ਕੋਮਕ੍ਰਿਤਾ ਉਹਨਾਂ ਨੇ ਉਹਨਾਂ ਦੇ ਵਿਚਾਰ ਇਹ ਸੀ ਕਿ ਮੈਂ ਜਗ੍ਹਾ ਜਗ੍ਹਾ ਜਾ ਕੇ ਆਪਣੇ ਜੋ ਪ੍ਰਚਾਰ ਕਰਾਂਗਾ ਜੋ ਉਹਨਾਂ ਨੂੰ ਸਿੱਖਿਆ ਸਹੀ ਜੋ ਪ੍ਰਮਾਤਮਾ ਵੱਲੋਂ ਸੀ ਉਹ ਉਹੀ ਚੀਜ਼ ਤੁਸੀਂ ਅਪਣਾ ਰਹੇ ਹੋ ਔਰ ਇਹ ਦਿਨ ਗੁਗੜੀ ਰਾਤ ਚੌਗੜੀ ਰੱਖੀ ਕਰੇਗਾ ਤੁਹਾਡਾ ਜਸ ਪੰਜਾਬੀ ਇਹ ਮੇਰਾਵਾਜ਼ ਆ ਮੈਂ ਤੇ ਕੁਝ ਵੀ ਨਹੀਂ ਹਾਂ ਸੁਝਾਸ਼ਨ ਦੇਣ ਦੇ ਕਾਬਿਲ ਜੀ ਪਰ ਹਾਂ ਬੱਚਿਆਂ ਦੇ ਬਾਰੇ ਜ਼ਰੂਰ ਖੜਕਦੀ ਆ ਔਰ ਤੁਹਾਡੇ ਨੋਟਿਸ 'ਚ ਆ ਚੁੱਕੀ ਆ ਕਿਉਂਕਿ ਜਨਰੇਸ਼ਨ ਬਦਲੀ ਹੋ ਗਈ ਦਿਮਾਗ ਬਦਲੀ ਹੋ ਗਏ ਬੱਚੇ ਹੁਣ ਹੋਰ ਕੁਝ ਚਾਹੁੰਦੇ ਆ ਔਰ ਜਿਹੜਾ ਕਿ ਤੁਹਾਡੇ ਪ੍ਰੋਗਰਾਮ ਕੁਝ ਐਸੇ ਆ ਜਿਹਨਾਂ 'ਚ ਅਸ਼ੋਕ ਨੂੰ ਜ਼ਿਆਦਾ ਦੱਸਿਆ ਜਾਂਦਾ ਤੇ ਨਵੀਂ ਜਨਰੇਸ਼ਨ ਬਾਰੇ ਘੱਟ ਦੱਸਿਆ ਜਾਂਦਾ ਜੀ ਪਲੀਜ਼ ਜਿਹਦੇ ਉੱਤੇ ਗੌਰ ਕਰ ਰਹੇ ਤੁਸੀਂ ਔਰ ਮੈਨੂੰ ਕੋਈ ਐਸਾ ਜਿਵੇਂ ਹਰਕੀਰ ਸੇ ਵੱਡੇ ਵੱਡੇ ਅੱਪ ਤੁਹਾਡੇ ਜਿਹੜੇ ਜੀ ਸੀ ਪੈਣੀ ਤੇ ਅਸ਼ਮੀਤਾ ਜੀ ਬੈਠੇ ਆ ਜੀ ਅੱਜ ਮੈਂ ਇਹਨਾਂ ਨੂੰ ਦੇਖ ਕੇ ਪਰਸਨਲੀ ਬਹੁਤ ਖੁਸ਼ ਹੋਇਆ ਜੀ ਬਹੁਤ ਕੁੱਤੁਰ ਬੱਚੀ ਐ ਔਰ ਸਾਡੀ ਸਾਡੀ ਜਿੰਦ ਜਾਨ ਐ ਤੇ ਸਰਕੀਰਤ ਜੀ ਤੁਸੀਂ ਵੀ ਬਹੁਤ ਚੰਗੇ ਹੋ ਸਾਰੇ ਤੁਹਾਡੇ ਸਟਾਫ ਮੈਂਬਰ ਚੰਗੇ ਆ ਬਸ ਇਹ ਲੀਡ ਤੇ ਗੁਰਨਾਨਕ ਲੇਵ ਜੀ ਵਾਲੇ ਜਿਹੜੀ ਤੇ ਤੁਸੀਂ ਤੁਰੇ ਹੋ ਨਾ ਇਹ ਸਾਡੀਆਂ ਦੁਆਵਾਂ ਤੁਹਾਡੇ ਨਾਲ ਲੈਣੀ ਹੈ ਮਿਹਰਬਾਨੀ ਗੁਰਦੀਪ ਸਿੰਘ ਜੀ ਮਿਹਰਬਾਨੀ ਤੁਸੀਂ ਸਾਡੀ ਹੌਸਲਾ ਫਜ਼ਾਈ ਕੀਤੀ ਸਾਨੂੰ ਬਹੁਤ ਵਧੀਆ ਲੱਗਿਆ ਮੇਰੇ ਨਾਲ ਹੋਰ ਵੀ ਕਾਲਰਸ ਨੇ ਸਸੀਕਾਲ ਜੀ ਤੁਸੀਂ ਔਨ ਏਅਰ ਨੂੰ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਸਸੀਕਾਲ ਜੀ ਮੈਂ ਪਾਲ ਸਿੰਘ ਬੋਲ ਰਿਹਾ ਇੱਥੋਂ ਕੈਲੀਫੋਰਨੀਆ ਤੋਂ ਹਾਂਜੀ ਪਾਲ ਸਿੰਘ ਜੀ ਠੀਕ ਹੋ ਮੈਂ ਬਿਲਕੁਲ ਠੀਕ ਹਾਂ ਤੇ ਤੁਹਾਡੇ ਸਸਰੀਕਾਲ ਦੇਖ ਕੇ ਤੇ ਹੋਰ ਬੰਦ ਗੱਜਗਾ ਹੋ ਗਿਆ। ਕੀ ਬਾਤ ਹੈ? ਕੀ ਬਾਤ ਹੈ? ਧੰਨਵਾਦ। ਤੇ ਤੁਹਾਡੀ ਟੀਮ ਨੂੰ ਤੇ ਸਾਰਿਆਂ ਨੂੰ ਜੱਸ ਪੰਜਾਬੀ ਦੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਹੈਪੀ ਨਿਊ ईयर ਤੇ ਮੈਂ ਮੇਰਾ ਖਿਆਲ ਹੈ ਕਿ ਜੱਸ ਪੰਜਾਬੀ ਜਿਹੜਾ ਸੀਗਾ ਤੁਹਾਡਾ ਟੀਵੀ ਕੋਈ 3-4 ਸਾਲ ਪਹਿਲੇ ਵੇਖਣਾ ਸ਼ੁਰੂ ਕੀਤਾ ਸੀ ਫਿਰ ਉਹ ਵਿੱਚੋਂ ਉਹ ਸਾਡੇ ਚੈਨਲ ਤੇ ਆਂਦਾ ਨਹੀਂ ਸੀ ਤੇ ਪਰ ਹੁਣ ਜਿਹੜਾ ਹੈ ਨਾ ਆਰਾ ਸ਼ੁਰੂ ਉਹ ਮਤਲਬ ਲਿਖਤਾ ਹੈ ਤੇ ਉਹ ਆਣਾ ਤੇ ਆ ਜੇਲੀ ਇੰਜੋਇੰਗ ਹੈ ਅਸੀਂ ਬਿਲਕੁਲ ਮਿਹਰਬਾਨੀ ਥੈਂਕ ਯੂ ਵੈਰੀ ਮਚ ਤੁਸੀਂ ਸਾਨੂੰ ਐਪਰੀਸ਼ੀਏਟ ਕੀਤਾ ਇੱਥੇ ਅਸ਼ਵੇਤਾ ਸਾਨੂੰ ਦਰਸ਼ਕਾਂ ਨੂੰ ਇਹ ਵੀ ਦੱਸਣਾ ਪਵੇਗਾ ਕਿ ਅੱਜਕੱਲ ਜਿਹੜੇ ਇਲੀਗਲ ਬਾਕਸੇ ਆ ਗਏ ਨੇ ਉੱਥੇ ਤੁਸੀਂ ਸਾਨੂੰ ਵਧੀਆ ਟੰਗ ਦੇ ਨਾਲ ਨਹੀਂ ਦੇਖ ਸਕਦੇ ਉਹ ਇਨਸਿਕਿਉਰ ਹੁੰਦੇ ਹਨ ਤੇ ਅਸੀਂ ਤੁਹਾਨੂੰ ਇਹੀ ਅਪੀਲ ਕਰਾਂਗੇ ਕਿ ਜਿਹੜੇ ਆਥੈਂਟਿਕਟਿਕੇਟ ਬਾਕਸੇ ਹਨ ਤੁਸੀਂ ਉਹਨਾਂ ਦੇ ਉੱਤੇ ਜਸ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਕਦੀ ਕਬਰ ਤੁਹਾਨੂੰ ਇਹ ਵੀ ਸ਼ਿਕਾਇਤ ਆਉਂਦੀਆਂ ਕਿ ਅਸੀਂ ਤੁਹਾਨੂੰ ਵੇਖਣਾ ਤਾਂ ਚਾਹੁੰਦੇ ਆਂ ਲੇਕਿਨ ਅਸੀਂ ਤੁਹਾਨੂੰ ਦੇਖ ਨਹੀਂ 파ਰੇ ਤੁਹਾਡੇ ਨੈਟਵਰਕ ਨਹੀਂ ਆ ਰਿਹਾ ਹਾਂ ਜਾਂ ਉਹਦੀ ਸਾਊਂਡ ਨਹੀਂ ਆ ਰਹੀ ਹਾਂਜੀ ਜਿਹੜਾ ਤੁਹਾਨੂੰ ਮੈਂ ਇੰਟਰਪਟ ਕਰ ਰਿਹਾ ਦੋਨੋਂ ਬੱਚਿਆਂ ਨੂੰ ਕਿ ਭਈ ਜਿਹੜਾ ਮੈਨੂੰ ਨਹੀਂ ਪਤਾ ਮੇਰਾ ਖਿਆਲ ਹੈ ਕਿ ਉਹਨਾਂ ਦਾ ਬਿਲਕੁਲ ਲੀਗਲ ਦਿੱਤਾ ਆ ਜੀ ਤੇ ਉਹਨਾਂ ਨੇ ਲੀਗਲ ਦਿੱਤਾ ਆ ਤੇ ਮੈਂ ਇੱਕ ਗੱਲ ਇਹ ਕਹਿਣੀ ਚਾਹਾਂਗਾ ਹਲੋ ਜੀ 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 ਹਾਂ ਮੈਂ ਇੱਕ ਗੱਲ ਇਹ ਕਹਿਣੀ ਚਾਹਾਂਗਾ ਕਿ ਜਦੋਂ ਅਸੀਂ ਤੁਹਾਡੇ ਨਾਲ ਫੋਨ ਕਰਕੇ ਰੂਬਰੂ ਹੋਨੇ ਆ ਜੀ ਤੇ ਤੁਹਾਡੀ ਜਿਹੜੀ ਆਵਾਜ਼ ਆ ਉਹ ਸਾਨੂੰ ਪਲੀਜ਼ ਸੁਣੀ ਚਾਹੀਦੀ ਕਿਉਂਕਿ ਮੈਂ ਇੱਕ ਉਹ ਤੋਂ ਰੇਡੀਓ ਤੇ ਉਹਨਾਂ ਦਾ ਕਮਿਊਨੀਕੇਟ ਕੀਤਾ ਉਹ ਆਵਾਜ਼ ਆਉਂਦੀ ਹੈ ਉਹ ਉਸੇ ਤਰ੍ਹਾਂ 5 ਸਾਲ ਚੱਲਦੇ ਉਸੇ ਤਰ੍ਹਾਂ ਜਿਹੜੀ ਚੱਲ ਰਹੀ ਹੈ ਜਿਹੜੇ ਕਰਕੇ ਮੈਂ ਅੱਜ ਫੋਨ ਕੀਤਾ ਹੈ ਨਾ ਅੱਜ ਜਿਹੜੀ ਸਾਡੀ ਐਲਏ ਮੈਂ ਕੈਲੀਫੋਰਨੀਆ ਦਾ ਤਹਿਲੇ ਦੇ ਕਿਲੀਪ ਰਹਾ ਨਾ ਤੇ ਜਿਹੜੀ ਉਹਨਾਂ ਨੇ ਜੱਗੀ ਜੀ ਨੇ ਕਵਰ ਕੀਤੀ ਹੈ ਜੀ ਔਰ ਜਿਹੜੀ ਉਹਨਾਂ ਨੇ ਪੰਜਾਬੀ ਦੀ ਕਮੈਂਟਰੀ ਦੇ ਜਲਵੇ ਦਿਖਾਏ ਨੇ ਨਾ ਹਾਂਜੀ ਤੇ ਰੇਟ ਜੀ ਇਟ ਵਾਸ ਅ ਐਪਰੀਸ਼ੀਏਬਲ ਐਂਡ ਕਮੈਂਡੇਬਲ ਬਿਲਕੁਲ 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 ਮਿਹਰਬਾਨੀ ਉਹਨੇ ਦੇਖੋ ਮੈਂ ਉਹਨਾਂ ਦੀ ਸਾਰੀ ਟੀਮ ਤੇ ਤੁਹਾਨੂੰ ਵੀ ਕਰਾਂਗਾ ਉਹਨਾਂ ਨੇ ਮੈਨੂੰ ਉਹਨਾਂ ਨੇ ਕਿਹਾ ਉਹਨੋਂ ਸਾਡੇ ਤਿੰਨ ਉਹਦੇ ਸਿਹਰ ਦੇ ਲੱਗੇ ਸੇ ਉਹਨਾਂ ਕਹਿੰਦੇ ਜਗੀ ਤੁਸੀਂ ਇਹ ਡੋਨਟ ਖਾ ਲਓ ਹੂੰ ਉਹਨਾਂ ਕੋਲ ਡੋਨਟ ਖਾਣ ਦਾ ਵੀ ਟਾਈਮ ਨਹੀਂ ਸੀਗਾ ਅੱਛਾ ਜੀ ਕਿਉਂਕਿ ਸਾਡੇ ਕੋਲ ਸਾਡੇ ਕੋਲ ਸਾਡੇ ਕੋਲ ਤੁਹਾਨੂੰ ਸਰਵ ਕਰਨ ਦਾ ਟਾਈਮ ਹੁੰਦਾ ਇਸ ਕਰਕੇ ਅਸੀਂ ਡੋਨਟ ਜਿਹੜਾ ਉਹ ਤੇ ਬਾਅਦ 'ਚ ਵੀ ਖਾ ਸਕਦੇ ਆ ਲੇਕਿਨ ਸਾਡੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਹੈ ਕਿ ਤੁਹਾਨੂੰ ਵਧੀਆ ਤੋਂ ਵਧੀਆ ਤਸਵੀਰਾਂ ਦਿਖਾ ਸਕੀਏ ਜੋ ਐਗਜ਼ੈਕਟਲੀ ਮਾਹੌਲ ਬਣਿਆ ਹੋਇਆ ਪਰੇਡ ਦੇ ਵਿੱਚ ਉਹ ਦਿਖਾ ਸਕੀਏ ਦੱਸ ਸਕੀਏ ਕਿ ਹੋ ਕੀ ਰਿਹਾ ਫਿਰ ਡੋਨਟ ਦਾ ਅਸੀਂ ਘਰਾਂ ਨਾਲ ਵੀ ਖਾ ਲਾਂਗੇ ਹਾਂਜੀ ਤੇ ਸੋ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਮੱਚ ਥੈਂਕ ਯੂ ਨਾਲ ਦੇ ਨਾਲ ਸਪੇਟ ਪੂਜਾ ਉੱਥੇ ਤੇ ਕਰੋ ਨਾ ਨਾ ਉਹਨੂੰ ਕਹਿ ਦੇਣਾ ਕਿ ਡੋਨਰ ਖਾ ਲੈ ਡੋਨਰ ਜੱਗੀ ਜੀ ਇਹ ਮੈਸੇਜ ਤੁਹਾਡੇ ਲਈ ਜੱਗੀ ਜੀ ਇਸ ਸ਼ੋਅ ਤੋਂ ਬਾਅਦ ਤੁਸੀਂ ਉਹ ਤਰੀਕੇ ਨਾਲ ਦੋ ਤੁਸੀਂ ਅਗਲਾ ਪਿਛਲਾ ਵੀ ਦਿਖਾ ਰਹੇ ਸੀਗੇ ਜੀ ਯੂ ਮੇਡ ਮਾਈ ਡੇ ਥੈਂਕ ਯੂ ਜੀ ਵਾਈਕੂ ਸੋ ਮਚ ਵੀ ਆਰ ਗਲੈਡ ਕਿ ਸਾਡੇ ਵਿੱਚ ਉਹ ਇਨੀ ਕੈਪੇਬਿਲਟੀ ਹੈਗੀ ਹੈ ਕਿ ਅਸੀਂ ਤੁਹਾਡਾ ਦਿਨ ਬਣਾਤਾ ਇੰਡੀਆ ਦੇ ਵਿੱਚ ਸਾਨੂੰ ਯਾਦ ਹੁੰਦਾ ਸੀਗਾ ਇਫ ਯੂ ਸਿਟ ਔਨ ਅ ਕਾਫੀ ਕਾਫੀ ਕੈਨ ਮੇਕ ਯੂ ਯੂ ਮੇਕ ਯੂਰ ਡੇ ਸੋ ਆਈ ਥਿੰਕ ਜਸ ਪੰਜਾਬੀ ਇਸ ਮੇਕਿੰਗ ਯੂਰ ਡੇ ਵੀ ਫੀਲ ਵੈਰੀ ਪ੍ਰਾਊਡ and we are inviting you to call us right now and tell more about what we can do better mil de break to baat <laughs> ਬ੍ਰੇਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਮੈਂ ਹਾਂ ਆਸ਼ਮਿਤਾ ਮੇਰੇ ਨਾਲ ਹਰਕੀਰਤ ਸਿੰਘ ਆਲੂਵਾਲੀ ਇਹ ਗੱਲ ਹੋ ਰਹੀ ਹੈ ਨਵੇਂ ਸਾਲ ਦੇ ਵਿੱਚ ਆਪਾਂ ਤੁਹਾਡੇ ਲਈ ਨਵਾਂ ਕੀ ਲੈ ਕੇ ਆ ਰਹੇ ਹਾਂ ਪ੍ਰੋਗਰਾਮਿੰਗ ਦੇ ਵਿੱਚ ਸਾਨੂੰ ਸਾਡੇ 2019 ਦੇ ਐਕਸਪੀਰੀਅੰਸ ਰੋਡ ট্রিপਸ ਦੇ ਐਕਸਪੀਰੀਐਂਸ ਨੇ ਸਿਖਾਇਆ ਕਿ ਲੋਕਾਂ ਨੂੰ ਬੱਚਿਆਂ ਦੀ ਚਿੰਤਾ ਹੈ ਮੋਰ ਥੈਨ ਐਨੀਥਿੰਗ ਐਲਸ ਕਿ ਬੱਚੇ ਆਪਣੀ ਸਿੱਖੀ ਨਾਲ ਨਹੀਂ ਜੁੜ ਰਹੇ ਬੱਚੇ ਜਿਸ ਪਾਸੇ ਜਾ ਰਹੇ ਉਹਨਾਂ ਨੂੰ ਸਾਡੀ ਸਪੋਰਟ ਦੀ ਲੋੜ ਹੈ ਬਟ ਸਾਨੂੰ ਹੀ ਨਹੀਂ ਕਦੀ ਕਦੀ ਪਤਾ ਲੱਗਦਾ ਕਿੱਦਾਂ ਉਹਨਾਂ ਨੂੰ ਸਪੋਰਟ ਆਪਾਂ ਕਰ ਸਕਦੇ ਹਾਂ ਹਰਕੀਰਤ ਤੁਹਾਡਾ ਇੱਕ ਰੋਡ ਟ੍ਰਿਪ ਕ੍ਰਾਸ ਕੰਟਰੀ ਰੋਡ ਟ੍ਰਿਪ ਹੋਇਆ ਨਵੰਬਰ ਵਿੱਚ ਨਿਊਯਾਰਕ ਤੋਂ ਲੈ ਕੇ ਕੈਲੀਫੋਰਨੀਆ ਐਂਡ ਥੇਨ ਵਾਪਿਸ ਐਂਡ ਤੁਸੀਂ ਵੱਖ-ਵੱਖ ਸ਼ਹਿਰਾਂ ਵਿੱਚ ਗਏ ਹਰ ਸ਼ਹਿਰ ਵਿੱਚ ਤੁਸੀਂ ਲਾਈਵ ਮੁੱਦਾ ਤੱਕ ਕੀਤਾ ਹੀ ਸ਼ਾਮ ਨੂੰ ਜਿੱਥੇ ਉਸ ਸ਼ਹਿਰ ਦੀ ਜੋ ਵੀ ਉਹਨਾਂ ਦੀ ਮੇਨ ਇਸ਼ੂ ਸੀਗਾ ਤੁਸੀਂ ਡਿਸਕਸ ਕੀਤਾ ਸਾਰਿਆਂ ਦੇ ਨਾਲ ਮੈਂ ਮੈਂ ਇਸ ਗੱਲ ਨੂੰ ਬਹੁਤ ਹੀ ਫਕਰ ਦੇ ਨਾਲ ਕਵਾਂਗਾ ਮੈਂ 2 ਸਾਲ ਪਹਿਲਾਂ ਇਸ ਕੰਟਰੀ ਦੇ ਵਿੱਚ ਆਇਆ ਸੋ ਮੈਨੂੰ ਮੈਂ ਸਿਰਫ ਮੈਪ ਦੇ ਉੱਤੇ ਨਾਮ ਵੇਖੇ ਸੀਗੇ ਆਈ ਹੈਵਨਟ ਸੀਨ ਯੂਐਸ ਦੇ ਵਿੱਚ ਮੈਂ ਨਹੀਂ ਸਟੇਟਾਂ ਦੇ ਵਿੱਚ ਕਦੀ ਨਹੀਂ ਗਿਆ ਬਟ ਜਦ ਮੈਂ ਇੱਥੇ ਆਇਆ ਜਾਂਦਾ ਸੀ ਪਲਾਨ ਕੀਤਾ ਕਿ ਅਸੀਂ ਲੋਕਾਂ ਦੇ ਕੋਲ ਰੀਚ ਆਊਟ ਹੋਣਾ ਹੈ ਸੋ ਹੁਣ ਮੈਂ ਤੁਹਾਨੂੰ ਜਿਵੇਂ ਮੌਜਬਾਨੀ ਦੱਸ ਸਕਦਾ ਕਿ ਕਿੱਥੇ ਕਿੱਥੇ ਅਸੀਂ ਗਏ ਰਾਈਟ ਵੀ ਸਟਾਰਟਡ ਫਰਮ ਓਹਾਈਓ ਓਹਾਈਓ ਤੋਂ ਸ਼ੁਰੂ ਹੋ ਕੇ ਸੀ ਸ਼ਿਕਾਗੋ ਗਏ ਸ਼ਿਕਾਗੋ ਤੋਂ ਡਿਮੋਇਨਸ ਡਿਮੋਇਨਸ ਤੋਂ ਕੈਂਸਸ ਕੈਂਸਸ ਤੋਂ ਕੋਲਰਾਡੋ ਕੋਲਰਾਡੋ ਤੋਂ ਯੂਟਾ ਸੌਲਟ ਲੇਕ ਸਿਟੀ ਰੀਨੋ ਸੈਕਰਾਮੈਂਟੋ ਯੂਬਾ ਸਿਟੀ ਬੇਰੀਆ ਫਰੈਜ਼ਨੋ ਬੇਕਰਸਫੀਲ ਐਲਏ ਐਲਏ ਤੋਂ ਬਾਅਦ ਅਸੀਂ ਗਏ ਫੀਨਿਕਸ ਅਰੀਜ਼ੋਨਾ ਡੈਲਸ ਟੈਕਸਸ ਹਿਊਸਟਨ ਟੈਕਸਸ ਮਿਸਿਸਿਪੀ ਮਿਸਿਸਿਪੀ ਤੋਂ ਬਾਅਦ ਅਸੀਂ ਗਏ ਐਟਲਾਂਟਾ ਜਾਰਜੀਆ ਐਟਲਾਂਟਾ ਜਾਰਜੀਆ ਤੋਂ ਬਾਅਦ ਅਸੀਂ ਗਏ ਸਾਊਥ ਕੈਰੋਲੀਨਾ ਸਾਊਥ ਕੈਰੋਲੀਨਾ ਤੋਂ ਬਾਅਦ ਅਸੀਂ ਵਾਪਸ ਨਿਊਯਾਰਕ ਆਏ ਸੋ ਇਹ ਮੈਨੂੰ ਜਿਹੜੀ ਹੈ ਇਸ ਕਰਕੇ ਯਾਦ ਹੋਇਆ ਬਿਕਾਜ਼ ਵੀ ਹੈਵ ਸੀਨ ਆਰ ਕਮਿਊਨਿਟੀ ਪ੍ਰੈਕਟੀਕਲੀ ਇਨ ਦੈਟ ਸਿਟੀ ਐਂਡ ਕਿੰਨੀ ਜਦ ਕਹਿੰਦੇ ਲਾਈਕ ਪ੍ਰਾਊਡ ਫੀਲ ਹੁੰਦਾ ਸੋਚ ਕੇ ਕਿ ਇੰਨੇ ਵੱਖ-ਵੱਖ ਸ਼ਹਿਰਾਂ ਵਿੱਚ ਭਾਵੇਂ ਛੋਟੀ ਜੀ ਕਮਿਊਨਿਟੀ ਹੋਏ ਕਿੰਨੇ ਉਹ ਵਧੀਆ ਤਰੀਕੇ ਨਾਲ ਉਥੇ ਸੈਟਲ ਹੋਏ ਹੋਏ ਹੈ ਤੇ ਸਿੱਖੀ ਦਾ ਨਾਮ ਰੌਸ਼ਨ ਕਰ ਰਹੇ ਹੈ ਨਾਟ ਓਨਲੀ ਵੀ ਫੋਕਸਡ ਔਨ THEIR ਇਸ਼ੂਜ਼ ਵੀ ਫੋਕਸਡ ਔਨ THEIR ਬਿਜ਼ਨਸ ਜਿੱਥੇ ਨਵੇਂ-ਨਵੇਂ ਗੁਰਦੁਆਰਾ ਸਾਹਿਬਾਨ ਦਾ ਨਿਰਮਾਣ ਹੋਇਆ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਅਸ਼ਮੇਤ ਪ੍ਰੋਗਰਾਮ ਯੈਸ ਸੋ ਹਰ ਕੀ ਆਡੀਅנס ਸਾਡੇ ਲਾਈਵ ਪ੍ਰੋਗਰਾਮਿੰਗ ਮੁੱਦਾ ਹੁੰਦੇ ਆ ਸ਼ਾਮ ਨੂੰ ਉਹ ਤਾਂ ਅਪਰ ਰਿਕਾਰਡ ਲਾਈਵ ਬ੍ਰਾਡਕਾਸਟ ਕੀਤੇ ਬਟ ਯੂ ਗਾਇਜ਼ ਰਿਕਾਰਡਡ ਅਮ ਅ ਹੋਲ ਸਲੂ ਆਫ ਡਿਫਰੈਂਟ ਪ੍ਰੋਗਰਾਮਸ ਵਾਈਲ ਯੂ ਵੇਰ देयर ਮਤਲਬ ਆਪਣੇ ਜਿੱਥੇ ਜਾਹੇ ਮੇਰਾ ਸਤਿਗੁਰੂ ਗੁਰਦੁਆਰਿਆਂ ਦੀ ਪ੍ਰੋਫਾਈਲ ਟੈਲ ਅਸ ਅਬਾਟ ਦੀ ਅਦਰ ਸ਼ੋਜ਼ ਬੀਸਿਕਲੀ ਆਈਡੀਆ ਇਜ਼ ਟੂ ਟੈਲ ਵੀ ਆਰ ਕ੍ਰੀਏਟਿੰਗ ਵੀ ਆਰ ਬਿਲਡਿੰਗ ਏਵਰੀ ਡੇ ਯੂ نو ਨਿਊ ਗੁਰਦੁਆਰਾ ਸਾਹਿਬ ਐਂਡ ਹੋਣੇ ਵੀ ਚਾਹੀਦੇ ਆ ਥੇਰ ਇਜ਼ ਨੋ ਡਾਊਟ ਅਬਾਊਟ ਇਟ ਹੋਣੇ ਵੀ ਚਾਹੀਦੇ ਆ ਕਿਉਂਕਿ ਕਈ ਕਈ ਸ਼ਹਿਰਾਂ ਦੇ ਵਿੱਚ ਬਹੁਤ ਮਾਈਲਸ ਦੇ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਰਾਈਟ ਅਗਰ ਮੈਂ ਡਿਮੋਇਨਸ ਦੀ ਗੱਲ ਕਰ ਲਾਵਾਂ ਬਹੁਤ ਸੁੰਦਰ ਸ਼ਹਿਰ ਹੈਗਾ ਉੱਥੇ ਚਲੋ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋਏ ਕਿਉਂਕਿ ਜ਼ਰੂਰਤ ਹੈਗੀ ਹੈ ਕਿ ਇੱਕ ਸਾਡਾ ਸਰਵਿਸ ਸੈਂਟਰ ਹੋਣਾ ਚਾਹੀਦਾ ਪਰ ਆਈਡੀਆ ਇਸ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਉਹ ਟੀਮ ਜਦ ਅਸੀਂ ਡਿਸਾਈਡ ਕਰ ਰਹੇ ਸੀਗੇ ਸਾਰੇ ਬੈਟ ਕੈਸ਼ ਮੇ ਤਾਂ ਸੋ ਐਸੀਗਾ ਪਲਾਨ ਕਿ ਐਸੀ ਗੁਰਦੁਆਰੇ ਸਾਹਿਬ ਦੇ ਬਾਰੇ ਦੱਸ ਸਕੀਏ ਇਹ ਅਗਰ ਆਖਿਰਕਾਰ ਨਿਰਮਾ ਹੁਣ ਅਸੀਂ ਕਹਿੰਦੇ ਤਾਂ ਕਿ ਐਸੀ ਗੁਰਦੁਆਰੇ ਬਣਾਏ ਜਾ ਰਹੇ ਹਨ ਬਣਾਏ ਜਾ ਰਹੇ ਹਨ ਬਣਾਈ ਜਾ ਰਹੇ ਹਨ ਲੇਕਿਨ ਉਹਦੀ ਲੋੜ ਕਿਉਂ ਪਈ ਸੀ ਕਿ ਕਿਸ ਕਰਕੇ ਉਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਜ਼ਿੰਮੇਵਾਰੀ ਬਣਦੀ ਹੈ ਕਮਿਊਨਿਟੀ ਨੂੰ ਦੱਸਣ ਦੇ ਲਈ ਜਿੱਥੇ ਜਾਏ ਬਹਿ ਮੇਰਾ ਸਤ ਤੁਸੀਂ ਇਹਨੇ ਵੱਡੇ ਪੱਧਰ ਤੇ ਆਪਣੇ ਬਿਜ਼ਨਸ ਕਰਦੇ ਹੋ ਅਸ਼ਮਿਤਾ ਰਾਈਟ ਤੁਸੀਂ ਇਹਨੇ ਮਾਨ ਵਿਧਾਨਦੇ ਹੋ ਸਾਡਾ ਤੁਸੀਂ ਇਸ ਅਮਰੀਕਾ ਦੇ ਵਿੱਚ ਰਹਿ ਕੇ ਅਮਰੀਕਾ ਦੇ ਰੈਵਨਿਊ ਸਿਸਟਮ ਦਾ ਇੱਕ ਵੱਡੇ ਪੱਧਰ ਤੇ ਹਿੱਸਾ ਬਣੇ ਹੋਏ ਹੋ ਫਿਰ ਬਿਜ਼ਨਸ ਆਫ ਦਾ ਵੀਕ ਯੈਸ ਟੀਮ ਨੇ ਕ੍ਰੀਏਟ ਕੀਤਾ ਸ਼ੋਊ ਯੂ డు ਸੋ ਯੂ ਹੈਵ ਅ ਇਨਸਾਈਡ ਨੋਲੇਜ ਰਾਈਟ ਜਿਨ ਲੋਕਾਂ ਨੇ ਬਿਜ਼ਨਸ ਆਫ ਦਾ ਵੀਕ ਕਰਾਇਆ ਉਨਾ ਲਈ ਆਪਣੇ ਬਿਜ਼ਨਸ ਦੀ ਇਸ ਤਰ੍ਹਾਂ ਦੀ ਹਾਈਲਾਈਟ ਤੇ ਪਬਲਿਸਿਟੀ ਤੇ ਪ੍ਰਮੋਸ਼ਨ ਉਹਨਾਂ ਨੂੰ ਕਿਸੇ ਹੋਰ ਥਾਂ ਤੇ ਇਸ ਤਰ੍ਹਾਂ ਮਿਲ ਸਕਦੀ ਹੈ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਸਾਨੂੰ ਕਾਲ ਆਉਂਦੇ ਹਨ ਕਿ ਤੁਸੀਂ ਸਾਡਾ ਸ਼ੋਅ ਕੀਤਾ bizness of the week ਜਿੱਥੇ ਜਾਏ ਬਹੇ ਮੇਰਾ ਸਤਗੁਰੂ ਮੇਰੀ ਕਹਾਣੀ ਮੇਰੀ ਜ਼ੁਬਾਨੀ ਯੂਰ ਰੀਅਲ ਲਾਈਫ ਸਟੋਰੀ ਸੋ ਆਈਡੀਆ ਇਜ਼ ਟੂ ਟੈਲ ਅਬਾਊਟ ਯੂਰ ਸਟੋਰੀ ਯੂਰ ਬਿਜ਼ਨਸ ਯੂਰ ਆਰਗੇਨਾਈਜੇਸ਼ਨ ਰਾਈਟ ਔਰ ਕੋਸ਼ਿਸ਼ ਕੀਤੀ ਅਸੀਂ ਕਿ ਤੁਹਾਡੇ ਦਰਸ਼ਕੀਏ ਅਸੀਂ ਹੁਣ ਤੁਹਾਨੂੰ ਵੀ ਸੱਦਾ ਦਿੰਦੇ ਆ ਕਿ ਜੇਕਰ ਤੁਸੀਂ ਵੀ ਚਾਹੁੰਦੇ ਹੋ ਸਾਡੇ ਚੈਨਲ ਨਾਲ ਰابطਾ ਕਾਇਮ ਕਰਨਾ ਆ ਇਫ ਯੂ ਵਾਂਟ ਟੂ ਪ੍ਰਮੋਟ ਯੋਰ ਬਿਜ਼ਨਸ ਇਫ ਯੂ ਵਾਂਟ ਟੂ ਪ੍ਰਮੋਟ ਯੋਰ ਆਰਗੇਨਾਈਜੇਸ਼ਨ ਵਟ ਏਵਰ ਯੂ ਵਾਂਟ ਵੀ ਆਰ ਹੇਅਰ ਹਰ ਕਿਰਤ ਜਦੋਂ ਗੱਲ ਆਉਂਦੀ ਹੈ ਬੱਚਿਆਂ ਦੀ ਤੇ ਆਇਡੈਂਟੀਟੀ ਦੀ ਸਾਡੇ ਨਾਲ ਕਾਲਰ ਹੁਣੇ ਜੁੜੇ ਸੀਗੇ ਜੋ ਕਹਿ ਰਹੇ ਸੀ ਸਾਡੀ ਆਇਡੈਂਟੀਟੀ ਖਤਰੇ ਵਿੱਚ ਹੈਗੀ ਸਿੱਖ ਆਇਡੈਂਟੀਟੀ ਨੂੰ ਅਟੈਕ ਹੋ ਰਿਹਾ ਹੈ ਰਾਈਟ ਆਇਡੈਂਟੀਟੀ ਦਾ ਬੱਚਿਆਂ ਦੇ ਨਾਲ ਹੀ ਸੇਵ ਹੋ ਸਕਦੀ ਹੈ ਇਸ ਕੰਮ ਲਈ ਯੂਐਸਏ ਵਿੱਚ ਵੀ ਲੋਕ ਲੱਗੇ ਹੋਏ ਹੈ ਫੋਰ ਏਗਜ਼ਾਮਪਲ ਖਾਲਸਾ ਯੂਨੀਵਰਸਿਟੀ ਦਾ ਏਗਜ਼ਾਮਪਲ ਲਓ ਬੈਲਿੰਘਮ ਵਾਸ਼ਿੰਗਟਨ ਵਿੱਚ ਮਨਜੀਤ ਸਿੰਘ ਧਾਲੀਵਾਲ ਤੇ ਉਹਨਾਂ ਦੀ ਪੂਰੀ ਟੀਮ ਨੇ ਰਲ ਕੇ ਇਹ ਯੂਨੀਵਰਸਿਟੀ ਬਣਾਈ ਹੈ ਹਾਇਰ ਐਜੂਕੇਸ਼ਨ ਸਿੱਖੀ ਵੈਲਿਊਜ਼ ਦੇ ਨਾਲ i don't think there's any example in the united states uh, jo is level te ek kaam ho reha not only uh, you know ksi sirf apne aap nu simit jehda oh religious activity tak nahi rakhde balki culture activity di gal kariye entertainment pakho gal kariye ta diljit dosanj da sabton wadda concert hoya ese ka kya ki production si gi unna di and just punjabi Amazing. was the uh, only punjabi tv station as an exclusive media partner with that concert ਕਿੰਨੇ ਵੱਡੇ ਪੱਧਰ ਤੇ ਜਦ ਦਿਲਜੀਤ ਦਸਾਂਜਾ ਕਾਂਸਰਟ ਹੋਇਆ ਤਾਂ ਅਸੀਂ ਉੱਥੇ ਪ੍ਰੋਗਰਾਮ 'ਚ ਪਹੁੰਚੇ ਨਾਲੇ ਅਸੀਂ ਜਾ ਕੇ ਪ੍ਰੋਗਰਾਮ ਨੂੰ ਕਵਰ ਕੀਤਾ ਤੁਹਾਨੂੰ ਦਿਖਾਇਆ ਕਿ ਮਤਲਬ ਕਹਿੰਦਾ ਭਾਵੇਂ ਕਿ ਅਸੀਂ ਜੋ ਵੀ ਸਾਡੇ ਲੋਕਲ ਆਰਟਿਸਟ ਨੇ ਹੁਣ ਜੋ ਵੀ ਸਾਡੇ ਸਾਡੀ ਕਮਿਊਨਿਟੀ ਨੂੰ ਅੱਗੇ ਲੈ ਕੇ ਜਾਂਦੇ ਨੇ ਸੋ ਅਸੀਂ ਉਹਨਾਂ ਨੂੰ ਹਮੇਸ਼ਾ ਵਿਖਾਉਣ ਦੇ ਵਿੱਚ ਕਾਮਯਾਬ ਹੁੰਦੇ ਇਹ ਜੋ ਪ੍ਰੋਗਰਾਮਸ ਹੁੰਦੇ ਆ ਇਹ ਦੇ ਆਰ ਵੈਰੀ ਐਕਸਪੈਂਸਿਵ ਦੇ ਆਰ ਵੈਰੀ ਟਾਈਮ ਕੰਜ਼ੂਮਿੰਗ ਬਹੁਤ ਪਲੈਨਿੰਗ ਲੱਗਦੀ ਹੈ ਬਹੁਤ ਆ ਦੀ ਐਫਰਟਸ ਦੇ ਨਾਲ ਇਹ ਪ੍ਰੋਗਰਾਮਸ ਹੁੰਦੇ ਫੋਰ ਇਗਜ਼ਾਮਪਲ ਯੂ ਮੈਂਸ਼ਨ ਦਿਲਜੀਤ ਇਸ ਕਾਂਸਰਟ ਦੇ ਪਿੱਛ ਜੋ ਸਾਡੀ ਕਮਿਊਨਿਟੀ ਵਿੱਚ ਬਹੁਤ ਹੀ ਐਕਟਿਵ ਤੇ ਫਾਰਵਰਡ ਜਾਣ ਵਾਲੇ ਸ਼ਖਸੀਅਤ ਹੈਗੇ ਮਿਸਟਰ ਓੰਕਾਰ ਸਿੰਘ ਨਿਊ ਜਰਸੀ ਦੇ ਇਹਨਾਂ ਨੇ ਇੱਕ ਤਰਫ ਦਿਲਜੀਤੀ ਇਨੀ ਵਧੀਆ ਹਾਈ ਲੈਵਲ ਤੇ ਕਲਚਰਲ ਪ੍ਰੋਗਰਾਮਿੰਗ ਕਰਾਈ ਬਟ ਦੇ ਆਲਸੋ ਡਿਡ ਵਨੈਸ ਅ ਲਾਈਟ ਫॉर ਹਿਮੈਨਿਟੀ ਇਨ ਦੀ ਨਿਊ ਜਰਸੀ ਪਰਫਾਰਮਿੰਗ ਆਰਟਸ ਸੈਂਟਰ ਬਿਊਟੀਫੁਲ ਵੈਨਿਊ ਉਸ ਇਵੈਂਟ ਤੇ ਵੀ ਸਾਡੀ ਕਵਰੇਜ ਪੰਜਾਬੀ ਸਾਈਟ ਤੇ ਐਕਸਕਲੂਸਿਵ ਤਰ੍ਹਾਂ ਦੀ ਸੀਗੀ ਐਂਡ ਉਸ ਇਵੈਂਟ ਵਿੱਚ ਜਾ ਕੇ ਹਰਕਿਰਤ ਕਿੰਨਾ ਮਾਨ ਫੀਲ ਹੋਇਆ ਕਿ ਉਥੇ ਨਿਊ ਜਰਸੀ ਦੇ ਪ੍ਰੋਮਿਨੈਂਟ ਪੋਲੀਟਿਸ਼ੀਅਨਸ ਪਹੁੰਚੇ ਹੋਏ ਹੈ ਉਥੇ ਅਮਰੀਕਨ ਸ਼ਖਸੀਅਤਾਂ ਸੈਲਿਬ੍ਰਿਟੀਜ਼ ਪਹੁੰਚੀ ਹੋਈ ਸੀ ਉਥੇ ਆਪਣੇ ਪੰਜਾਬੀ ਬੱਚੇ ਸਿੱਖੀ ਸਰੂਪ ਦੇ ਨਾਲ ਕੀਰਤਨ ਕਰ ਰਹੇ ਆ I ਮੀਨ ਜਿਸ ਲੈਵਲ ਤੇ ਉਹਨਾਂ ਨੇ ਇਹ ਇਵੈਂਟ ਪੁਲ ਆਫ ਕੀਤੀ ਔਨਕਾਰ ਸਿੰਘ ਜੀ ਉਹਨਾਂ ਦੀ ਟੀਮ ਤੇ ਦੇ ਹੈਵ ਚੇਂਜਡ ਕਿ ਆਪਣੀ ਪੰਜਾਬੀ ਧਾਰਮਿਕ ਇਵੈਂਟਸ ਕਿਸ ਲੈਵਲ ਤੇ ਹੋ ਸਕਦੀਆਂ ਐ ਐਗਜ਼ੈਕਟਲੀ ਔਰ ਮੈਨੂੰ ਲੱਗਦਾ ਹੈ ਕਿ ਜਿੱਥੇ ਅਸੀਂ ਲੋਕਾਂ ਦੇ ਵਿੱਚ ਗਏ ਸਾਨੂੰ ਐ ਵੀ ਸੁਣਨ ਨੂੰ ਮਿਲਿਆ ਕੀ ਕਿਵੇਂ ਅਸੀਂ ਆਪਣੇ ਆਪ ਨੂੰ ਹੋਰ ਪ੍ਰਮੋਟ ਕਰ ਸਕਦੇ ਹਾਂ ਰਿਕੋਗਨਾਈਜ਼ ਕਰਵਾ ਸਕਦੇ ਹਾਂ ਤੇ ਆਈ ਥਿੰਕ ਐਵੇਂ ਜੇ ਪ੍ਰੋਗਰਾਮ ਤੋਂ ਸਾਨੂੰ ਐਗਜ਼ਾਮਪਲ ਸੈੱਟ ਕਰਨ ਦੀ ਲੋੜ ਹੈ ਅਸ਼ਮਿਤਾ ਮੈਂ ਆਪਣੇ ਉਸ ਟ੍ਰਿਪ ਦੇ ਬਾਰੇ ਜਿਹੜਾ ਉਸ ਟ੍ਰਿਪ ਮੇਰਾ ਬਹੁਤ ਐਕਸਾਈਟਡ ਰਿਹਾ ਸੀ ਕਿ ਸਾਡੀ ਟੀਮ ਪੂਰੀ ਨਾਲ ਸੀਗੀ ਤੇ ਅਸੀਂ ਬਿਜ਼ਨਸ ਆਫ ਦਾ ਵੀਕ ਮੇਰੀ ਕਹਾਣੀ ਮੇਰੀ ਜੁਬਾਨੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਔਰ ਉਹਨਾਂ ਦਾ ਮੈਂ ਜ਼ਰੂਰ ਨਾਮ ਜਰੂਰ ਲੈਣਾ ਚਾਹਣਾ ਜਿਨ੍ਹਾਂ ਨੇ ਸਾਨੂੰ ਹੋਸਟ ਕੀਤਾ ਆਪਣੀ ਸਿਟੀ ਦੇ ਵਿੱਚ ਅਸੀਂ ਕੋਲਰੈਡੋ ਗਏ ਤਾਂ ਸਿੰਘ ਸਭਾ ਗੁਰਦੁਆਰਾ ਸਾਹਿਬ ਕੋਲਰੈਡੋ ਦਾ ਜਿਹੜਾ ਡੈਨਵਰ ਦਾ ਹੈਗਾ ਉਹਨਾਂ ਨੇ ਸ ਨਵ ਬਾਜਵਾ ਕਾਰੋਬਾਰੀ ਹਨ ਔਰ ਬਹੁਤ ਹੀ ਵਧੀਆ ਢੰਗ ਦੇ ਨਾਲ ਉਹਨਾਂ ਨੇ ਆਪਣੀ ਹਸਪੀਟੈਲਿਟੀ ਸਾਨੂੰ ਦਿਖਾਈ ਮਜ਼ਾ ਆਇਆ ਸੀ ਰੀਨੋ ਦੇ ਵਿੱਚ ਰਹੇ ਉਸ ਮੌਸਮ ਦਾ ਵੀ ਅਸੀਂ ਨਜ਼ਾਰਾ ਲੇਤਾ ਸੈਕਰਮੈਂਟੋ ਜਿਵੇਂ ਤੁਸੀਂ ਸਾਨੂੰ ਦੱਸਿਆ ਕਿ ਮਾਈਕ ਬੋਪਾ ਰਾਏ ਡਾਕਟਰ ਹਰਬੰਸ ਸਿੰਘ ਸਰਾਉ ਵਰਗੀਆਂ ਸ਼ਖਸ਼ਿਤਾ ਜੋ ਕਿ ਉੱਥੇ ਮੌਜੂਦ ਹਨ ਕੈਪੀਟਲ 6 ਸੈਂਟਰ ਗੁਰਦੁਆਰਾ ਸਾਹਿਬ ਉੱਥੇ ਨਿਰਮਾਣ ਹੋਇਆ ਉੱਥੇ ਅਸੀਂ ਗਏ ਡਾਕਟਰ ਅਮਰਿਤ ਲਾਸ ਐਂਜਲਸ ਦੇ ਵਿੱਚ ਇੱਕ ਸ਼ਖਸ਼ਿ ਤ ਹਨ ਜਿਨੇ ਨੇ ਸਾਨੂੰ ਹੋਸਟ ਕੀਤਾ ਬਾਕਾਇਦਾ ਤੌਰ ਤੇ ਉੱਥੇ ਕਹਿਦਾ ਪਾਵੇ ਕਿ ਇਹ ਉਹ ਸ਼ਖਸ਼ਿਤਾ ਹਨ ਜੋ ਕਿ ਹਮੇਸ਼ਾ ਜਸ ਪੰਜਾਬੀ ਨੂੰ ਕਾਫੀ ਲੰਬੇ ਸਮੇਂ ਤੋਂ ਸਪੋਰਟ ਕਰਦੀਆਂ ਵੀ ਆ ਰਹੀਆਂ ਹਨ ਔਰ ਉਹ ਇਹ ਸਾਡੇ ਤੋਂ ਐਕਸਪੈਕਟੇਸ਼ਨਸ ਵੀ ਸੈੱਟ ਕਰਦੀਆਂ ਹਨ ਕਿ ਅਸੀਂ ਇਹ ਪ੍ਰੋਗਰਾਮਿੰਗਸ ਅੱਗੇ ਲੈ ਕੇ ਆਈਏ ਜਿਵੇਂ ਕਿ ਅਸ਼ਮਿਤਾ ਹਰ ਹਰ ਟਾਊਨ ਦੇ ਵਿੱਚ ਜਾ ਕੇ ਜਿਵੇਂ ਤੁਹਾਡੇ ਨਾਲ ਗੱਲ ਕਰਦੇ ਹਨ ਤੁਹਾਡੇ ਨਾਲ ਜਾ ਕੇ ਰابطਾ ਕਾਇਮ ਕਰਦੇ ਹਨ ਆਈਡੀਆ ਇਜ਼ ਟੂ ਗੈਟ ਯੋਰ ਥਿੰਗਸ ਔਨ ਅ ਟੇਬਲ ਸੋ ਵੀ ਕੈਨ ਪ੍ਰੋਡਿਊਸ something good for you ਹਰਕਿਰਤ ਸਿੰਪਲ ਗੱਲ ਹੈ ਜਦੋਂ ਇਹ ਚੈਨਲ ਸ਼ੁਰੂ ਹੋਇਆ ਸੀ ਸਾਡੀ ਸੀਈਓ ਪੈਨੀਕੇ ਸੰਧੂ ਮੇਰੀ ਮਮ ਉਹਨਾਂ ਨੇ ਇਹ ਚੈਨਲ ਸ਼ੁਰੂ ਕੀਤਾ ਸੀ ਕਮਿਊਨਿਟੀ ਨੂੰ ਪਲੇਟਫਾਰਮ ਦੇਣ ਲਈ ਉਸ ਟਾਈਮ ਕਮਿਊਨਿਟੀ ਸਿੱਖ ਆਪਣੀ ਪੰਜਾਬੀ ਕਮਿਊਨਿਟੀ ਇੱਥੇ ਜਦੋਂ ਲੋਕਾਂ ਨੂੰ ਦੱਸਿਆ ਕਿ ਪੰਜਾਬੀ ਚੈਨਲ ਖੋਲਣਾ ਹੈ ਕੁਝ ਲੋਕੀ ਇਦਾਂ ਦੇ ਵੀ ਸੀਗੇ ਜਿਨ੍ਹਾਂ ਨੇ ਕਿ ਤੁਸੀਂ ਟੈਕਸੀ ਡਰਾਈਵਰ ਲੈ ਚੈਨਲ ਖੋਲ ਰਹੇ ਹੋ ਔਰ ਸਟੇਮਰ ਬਾਅ ਉਸ ਗੱਲ ਨੂੰ ਨਾ ਸੁਨੇ ਇਹ ਚੈਨਲ ਸ਼ੁਰੂ ਕੀਤਾ ਇਸ ਪਰਪਸ ਲਈ ਕਿ ਇੱਕ ਕਮਿਊਨਿਟੀ ਦਾ ਚੈਨਲ ਬਣ ਕੇ ਰਹੋ ਕਮਿਊਨਿਟੀ ਦੀ ਆਵਾਜ਼ ਲਈ ਐਗਜ਼ੈਕਟਲੀ ਐਂਡ ਦਾ ਆਈਡੀਆ ਜਿਹੜੀ ਆਪਾਂ ਡਿਸਕਸ ਕਰ ਰਹੇ ਸੀ ਕਿ ਇਹ ਵਾਈਟ ਹਾਊਸ ਤੋਂ ਲੈ ਕੇ ਤੁਹਾਡੇ ਹਾਊਸ ਤੱਕ ਯਾਨੀ ਕਿ ਯੋਰ ਹਾਊਸ ਤੱਕ ਅਸੀਂ ਪਹੁੰਚਦੇ ਹਾਂ ਕਹਿਣ ਦਾ ਭਾਵ ਹੈ ਕਿ ਇੱਕ ਇੱਕ ਨੁੱਕੜ ਦੀ ਜਾਣਕਾਰੀ ਵਾਈਟ ਹਾਊਸ ਦੀ ਜਾਣਕਾਰੀ ਅਮਰੀਕਾ ਦੇ ਵਿੱਚ ਕੀ ਹੋ ਰਿਹਾ ਵਰਲਡ ਦੇ ਵਿੱਚ ਕੀ ਹੋ ਰਿਹਾ ਇੰਡੀਆ ਦੇ ਵਿੱਚ ਕੀ ਹੁਜਤ ਮੈਂ ਵਰਲਡ ਬੋਲਡਰ ਦਾ ਸਾਰੀ ਕੰਟਰੀ ਆ ਜਾਂਦੀ ਹੈ ਲੇਕਿਨ ਅਸੀਂ ਜਿੱਥੇ ਜੁੜੇ ਹੋਏ ਹਾਂ ਇੰਡੀਆ ਦੇ ਵਿੱਚ ਕੀ ਹੋ ਰਿਹਾ ਤੇ ਕਹਿੰਦਾ ਪਾਪਾ ਕਿ ਪਲ-ਪਲ ਦੀ ਜਾਣਕਾਰੀ ਪਹੁੰਚਾਉਣ ਦੇ ਵਿੱਚ ਪੈਨਿਕ ਕੇ ਸੰਧੂ ਜੀ ਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਿਰਫ ਉਹਨਾਂ ਦਾ ਇਹੀ ਟੀਚਾ ਸੀਗਾ ਕਿ ਅਸੀਂ ਨਿਰਪੱਖ ਗੱਲ ਕਰਨੀ ਹੈ ਤੁਸੀਂ ਵੇਖਿਆ ਹੋਣਾ ਕਿ ਅਸੀਂ ਇਸ ਮੰਚ ਦੇ ਉੱਤੇ ਕਿਸੇ ਇੱਕ ਵੀ ਪਾਰਟੀ ਦੀ ਸਾਈਡ ਨਹੀਂ ਲੈਂਦੇ ਜੇਕਰ ਅਸੀਂ ਇਸ ਮੰਚ ਦੇ ਉੱਤੇ ਕਿਸੇ ਨੂੰ ਵੀ ਲੈ ਕੇ ਆਉਂਦੇ ਹ ਸੋ ਵੀ ਟਾਕ ਨਿਊਟਰਲ ਐਂਡ ਵੀ

ਸਾਡੇ ਡਾਇਰੈਕਟਰ ਮਾਰਕੀਟਿੰਗ ਜੀ ਹਾਂ ਜੀ ਤੁਹਾਡਾ ਸ਼ੋਤ ਬਹੁਤ ਵਧੀਆ ਤੇ ਲੱਖਾਂ ਕਰੋੜਾਂ ਅਰਬਾਂ ਕਰਵਾ 90 ਸਾਲ ਨੂੰ ਵਧਾਈਆਂ ਤੇ ਪੁਰਾਣੇ ਨੂੰ ਵਿਦਾ ਕਰੀ ਹੈ ਥੈਂਕ ਯੂ ਤੁਹਾਡਾ ਰੋਸ ਚੋਣ ਚੰਦਨੀਆ ਬਹੁਤ ਵਧੀਆ ਬੇਟਾ ਥੈਂਕ ਯੂ ਥੈਂਕ ਯੂ ਵੈਰੀ ਮੱਚ ਥੈਂਕ ਯੂ ਵੈਰੀ ਮੱਚ ਹਾਂ ਤੁਹਾਨੂੰ ਸਾਰੀ ਜਾਣਕਾਰੀ ਜਿਆਦਾ ਵਧੀਆ ਮਿਲੋ ਜਿਹੜੇ ਯੂਐਸਏ ਦੇ ਹੋਣ ਤੇ ਮੈਂ ਇਹ ਕੋਲ ਜਾਣਕਾਰੀ ਤੇ ਬੈਗ ਰੂ ਤੋਂ ਤੰਗ ਰੋਟੀ ਰੱਖਦੇ ਤੇ ਦਿਨ ਦੁਗਣੀ ਤੇ ਰਾਤ ਚੋਗਣੀ ਕਰੀ ਥੈਂਕ ਯੂ ਵੈਰੀ ਮਚ। ਖਾਸਾ ਬਲਿ ਫਤਿਹ। ਥੈਂਕ ਯੂ। ਵਾਹਿਗੁਰੂ ਜੀ ਦੇ ਖਾਸਾ ਬਲਿ ਜੀ ਦੀ ਫਤਿਹ। ਥੈਂਕ ਯੂ ਵੈਰੀ ਮਚ। ਤੁਸੀਂ ਸਾਡੀ ਹੌਸਲਾ ਅਫਜ਼ਾਈ ਕਰਦੇ ਹੋ ਤਾਂ ਸਾਨੂੰ ਮਾਣ ਮਹਿਸੂਸ ਹੁੰਦਾ ਔਰ ਸਾਨੂੰ ਪਤਾ ਚੱਲਦਾ ਕਿ ਸਾਡੀ ਜ਼ਿੰਮੇਵਾਰੀਆਂ ਦਾ ਕਿ ਅਸੀਂ ਆਪਣੇ ਮੋਢਿਆਂ ਦੇ ਉੱਤੇ ਇਹ ਜ਼ਿੰਮੇਵਾਰੀ ਚੱਕੀ ਹੋਈ ਹੈ। ਇਸੇ ਕਰਕੇ ਅੱਜ ਅਸੀਂ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਹਮਣੇ ਰੱਖਿਆ ਅਸ਼ਮੇਤਾ। ਜੀ। ਯਾ ਸੋਹਰ ਕੀਰਤ ਜਦੋਂ ਗੱਲ ਆਉਂਦੀ ਹੈ ਕਮਿਊਨਿਟੀ ਦੇ ਚੈਨਲ ਇਹ ਚੈਨਲ ਜਸ ਪੰਜਾਬੀ ਅੱਜ ਕਮਿਊਨਿਟੀ ਦੀ ਸਪੋਰਟ ਤੋਂ ਬਿਨਾ ਕੁਝ ਨਹੀਂ ਹੁੰਦਾ। ਇਸੇ ਕਰਕੇ ਕਮਿਊਨਿਟੀ ਦੀ ਜਦੋਂ ਵੀ ਗੱਲ ਆਉਂਦੀ ਹੈ ਉਹ ਸਾਡੇ ਲਈ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ ਹਰਕਿਰਤ ਇੱਕ ਇਹੋ ਜਿਹਾ ਵੀ ਕੰਮ ਹੈ ਜੋ ਕਮਿਊਨਿਟੀ ਨੂੰ ਵਿਦਾਨ ਲਈ ਆਪਣੇ ਪੰਜਾਬ ਵਿੱਚ ਜੋ ਹਾਲਾਤ ਹਨ ਉਹਨਾਂ ਨੂੰ ਅ ਅ ਅਡਰੈਸ ਕਰ ਰਿਹਾ ਹੈ ਉਹ ਹੈਗੀ ਸੰਸਾ ਬੜੂ ਸਾਹਿਬ ਸਾਡੀ ਕਵਰੇਜ ਬੜੂ ਸਾਹਿਬ ਦੀ ਇੱਕ ਇੱਕ ਉਹਨਾਂ ਦੀ ਅ ਅ ਇਵੈਂਟ ਦੀ ਉਹਨਾਂ ਦੀ ਖਬਰ ਦੀ ਹੁੰਦੀ ਹੈ ਬਿਕੋਜ਼ ਸਾਨੂੰ ਵੀ ਦਰਦ ਹੈ ਪੰਜਾਬ ਦਾ ਸਾਨੂੰ ਅਸ਼ਵਦਾ ਕਿਸੇ ਨੇ ਮੈਨੂੰ ਪੁੱਛਿਆ ਕਿ ਤੁਸੀਂ ਬੜੂ ਸਾਹਿਬ ਨੂੰ ਬੜਾ ਸਪੋਰਟ ਕਰਦੇ ਹੋ ਅਸੀਂ ਇਸ ਗੱਲ ਨੂੰ ਜ਼ਰੂਰ ਕਹਨੇ ਆ ਕਿ ਅਸੀਂ ਸਪੋਰਟ ਨਹੀਂ ਕਰਦੇ ਅਸੀਂ ਕੌਜ਼ ਨੂੰ ਸਪੋਰਟ ਕਰਦੇ ਆ ਰਾਈਟ ਅਸੀਂ ਉਸ ਹੋਰ ਮੈਨੂੰ ਲੱਗਦਾ ਕਿ ਉਹ ਜ਼ਿੰਮੇਵਾਰੀ ਤੁਹਾਡੀ ਵੀ ਬਣ ਜਾਂਦੀ ਜਿਹਦੇ ਪਿੱਛੇ ਕੋਈ ਕੌਜ਼ ਹੋਵੇ ਇਹ ਸਾਰਿਆਂ ਦਾ ਸਾਡਾ ਸਾਂਝਾ ਕੌਜ਼ ਹੈ ਸਾਡਾ ਕੌਜ਼ ਹੈਗਾ ਔਰ ਉਸ ਕੌਜ਼ ਨੂੰ ਸਪੋਰਟ ਕਰਨਾ ਨਾ ਕਿ ਸਿਰਫ ਸਾਡੀ ਜ਼ਿੰਮੇਵਾਰੀ ਹੈਗੀ ਬਲਕਿ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਐਨ ਹਰਕਿਰਤ ਮੈਂ ਦੱਸਾਂ ਬੜੂ ਸਾਬ ਦੇ ਜੋ ਰੀਸੈਂਟਲੀ ਡਿਸੰਬਰ ਦਾ ਇਹਨਾਂ ਦਾ ਟੂਰ ਹੋਇਆ ਡਾਕਟਰ ਦਵਿੰਦਰ ਜੀ ਦਾ ਉਸ ਟੂਰ ਦੇ ਕਵਰੇਜ ਲਈ ਸਾਡੀ ਵੀ ਟੀਮ ਨਾਲ ਨਾਲ ਪਹੁੰਚੀ ਇਨ ਸ਼ੈਨਾ ਵਿੱਚ ਮੈਂ ਥੋੜਾ ਜਿਹਾ ਦੱਸਾਂਗੀ ਕਨੇਟਿਕਟ ਤੋਂ ਲੈ ਕੇ ਉਹਨਾਂ ਦੇ ਤਾਂ ਪੂਰੀ ਕੰਟਰੀ ਦੀ ਕਵਰੇਜ ਹੋਈ ਬਟ ਜੋ ਮੇਰਾ ਐਕਸਪੀਰੀਅੰਸ ਰਿਹਾ ਪਾਵੇਂ ਉਹ ਕਨੇਟਿਕਟ ਵਿੱਚ ਖੰਗੂਰਾ ਫੈਮਿਲੀ ਹੋਏ ਕਲੀਵਲੈਂਡ ਵਿੱਚ ਡਾਕਟਰ ਰੇਨਾ ਦੀ ਫੈਮਿਲੀ ਹੋਏ ਜਿਨ੍ਹਾਂ ਨੇ ਹੋਸਟ ਕੀਤਾ ਉਹਨਾਂ ਨੂੰ ਵਿਸਕੌਨਸਿਨ ਵਿੱਚ ਬਿਆਨ ਸਿੰਘ ਬੋਪਾ ਰਾਏ ਜੀ ਜਿਨ੍ਹਾਂ ਦੀ 올ਡਰ ਬ੍ਰਦਰ ਇੱਥੇ ਆਪਣੇ ਨਿਊਯਾਰਕ ਵਿੱਚ ਐਕਸ ਪ੍ਰਧਾਨ ਰਹੇ ਹੈ 118 ਭੁਪਿੰਦਰ ਸਿੰਘ ਬੋਪਾ ਰਾਏ ਜੀ 118 ਗੁਰਦੁਆਰੇ ਦੇ ਤੇ ਉਸ ਤੋਂ ਬਾਅਦ ਸ਼ਿਕਾਗੋ ਵਿੱਚ ਵਰਜੀਨੀਆ ਵਿੱਚ ਡਾਕਟਰ ਬਲਜੀਤ ਸਿੱਧੂ ਦੇ ਨਾਲ ਮੁਲਾਕਾਤ ਹੋਈ ਇਹ ਸਾਰੇ ਕਮਿਊਨਿਟੀ ਦੇ ਲੀਡਰਸ ਹਨ ਅਤੇ ਇਹ ਵੀ ਜੁੜੇ ਹੋਏ ਹੈ ਇਸ ਕੌਜ਼ ਲਈ ਬਿਕੋਜ਼ ਇਹਨਾਂ ਨੂੰ ਇਸ ਕੌਜ਼ ਦੀ ਸਪੋਰਟ ਕਰ ਰਹੇ ਨੇ ਪੁੱਲ ਹੋ ਰਹੀ ਹੈ ਨਾ ਕਿ ਕੋਈ ਇੱਕ ਸੰਸਥਾ ਜਾਂ ਇੱਕ ਬੰਦੇ ਦੇ ਪਿੱਛੇ ਲੱਗ ਕੇ ਦਾ ਹਾਇਰ ਕੌਜ਼ ਫॉर 올 ਆਵਸ ਐਂਡ ਸਾਨੂੰ ਇਸ ਗੱਲ ਤੇ ਹੋਰ ਵੀ ਪ੍ਰਾਊਡ ਇਸ ਕਰਕੇ ਮਹਿਸੂਸ ਹੁੰਦਾ ਕਿ ਅਸੀਂ ਉਹ ਸੋਰਸ ਬਣੇ ਬੜੂ ਸਾਹਿਬ ਦਾ ਜਿਹੜਾ ਕੋਸ ਕੌਸ ਸੀਗਾ ਉਹਨਾਂ ਦਾ ਜਿਸ ਤਰੀਕੇ ਨਾਲ ਅੱਜ ਉਹ ਇਹਨੇ ਮੁਸ਼ਕਲ ਹਾਲਾਤਾਂ ਦੇ ਵਿੱਚ ਜਾ ਰਹੇ ਨੇ ਉਹਨੂੰ ਅਸੀਂ ਇਸ ਮੰਚ ਦੇ ਉੱਤੇ ਲੈ ਕੇ ਆਏ ਤੁਸੀਂ ਉਹਨੂੰ ਸਮਝਿਆ ਔਰ ਤੁਸੀਂ ਉਸ ਕੌਸ ਨੂੰ ਹੈਲਪ ਵੀ ਕੀਤਾ ਜਿੱਥੇ ਅੱਜ ਸਾਨੂੰ ਪ੍ਰਾਊਡ ਦੇ ਨਾਲ ਕਹਿਣਾ ਪੈਂਦਾ ਕਿ ਅਸੀਂ ਵੱਖ-ਵੱਖ ਆਰਗੇਨਾਈਜੇਸ਼ਨਸ ਨੂੰ ਸਪੋਰਟ ਕਰ ਰਹੇ ਹਾਂ ਅਸੀਂ ਇਸ ਚੀਜ਼ ਨੂੰ ਵੀ ਪ੍ਰਾਊਡ ਨਾਲ ਕਹਿ ਸਕਦੇ ਹਾਂ ਕਿ ਚੰਡੀਗੜ੍ਹ ਜਿੱਥੇ ਸਾਡਾ ਇੰਡੀਆ ਦੇ ਵਿੱਚ ਸਟੂਡੀਓ ਹੈਗਾ ਜਿੱਥੇ ਸਾਡੀ ਲਗਭਗ 300 EMPLOYEES ਜਿਹੜੇ ਉੱਥੇ ਕੰਮ ਕਰਦੇ ਹਨ ਉਹਨਾਂ ਦੇ ਬਿਨਾਂ ਵੀ ਕੁਝ ਨਹੀਂ ਹੈਗਾ ਉਸ ਤੋਂ ਬਾਅਦ ਨਿਊਯਾਰਕ ਕਲਾਸੀ ਸਟੂਡੀਓ ਦੀ ਗੱਲ ਕਰ ਲਈ ਜਿੱਥੇ ਸਾਡੇ ਕੋਲ ਉਹ ਪ੍ਰੋਫੈਸ਼ਨਲ ਟੀਮ ਹੈਗੀ ਹੈ ਜੋ ਇਸ ਆਈਡੀਆ ਨੂੰ ਇਸ ਟੇਬਲ ਦੇ ਉੱਤੇ ਲੈ ਕੇ ਆਉਂਦੀ ਹੈ ਜਿਹਦੇ ਵਿੱਚ ਸਾਡੇ ਨਾਲ ਅਸ਼ਮੇਤਾ ਇੱਥੇ ਮੌਜੂਦ ਹਨ ਉਹ ਹਮੇਸ਼ਾ ਯੂਥ 엠ਪਾਵਰਮੈਂਟ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਹਨ ਤੇ ਸਾਨੂੰ ਮਾਣ ਦੇ ਨਾਲ ਕਹਿਣਾ ਪੈਂਦਾ ਕਿ ਅੱਜ ਅਸੀਂ ਈਸਟ ਕੋਸਟ ਤੋਂ ਲੈ ਕੇ ਵੈਸਟ ਕੋਸਟ ਵੀ ਪਹੁੰਚ ਗਏ ਜਿੱਥੇ ਕੈਲੀਫੋਰਨੀਆ ਦੇ ਵਿੱਚ ਜਗਤਾਰ ਸਿੰਘ ਜੱਗੀ ਹੋਰਾਂ ਨਾਲ ਤੁਹਾਡਾ ਰابطਾ ਕਾਇਮ ਹੁੰਦਾ ਸੋ ਸਾਡਾ ਟੀਚਾ ਹੈਗਾ ਇਸ ਟੀਮ ਦਾ ਟੀਚਾ ਹੈਗਾ ਕਿ ਅਸੀਂ ਇਕੱਠੇ ਹੋ ਕੇ ਕਿਵੇਂ ਆਪਣੇ ਆਪ ਨੂੰ ਪ੍ਰੋਗਰੈਸਿਵ ਕਰੀਏ ਔਰ ਕਿਵੇਂ ਇਸ ਮੁਲਕ ਨੂੰ ਪ੍ਰੋਗਰੈਸਿਵ ਕਰੀਏ ਅਸ਼ਮਿਤਾ ਜਾਂਦੇ 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 ਮੈਂ ਇਹੀ ਕਹਿਣਾ ਚਾਹਾਂਗੀ ਜਦੋਂ ਅਗਲੀ ਜਨਰੇਸ਼ਨ ਦੀ ਗੱਲ ਆਉਂਦੀ ਹੈ ਭਾਵੇਂ ਉਹਨਾਂ ਦੀ ਐਜੂਕੇਸ਼ਨ ਹੋਵੇ ਉਹਨਾਂ ਦੀ ਸਿੱਖੀ ਨਾਲ ਲगाव ਦੀ ਗੱਲ ਹੋਵੇ ਜਾਂ ਉਹਨਾਂ ਦੀ ਸਕਸੈਸ ਦੀ ਗੱਲ ਹੋਵੇ ਕਿਸੇ ਵੀ ਸ਼ਾਇਦ ਕਿਸੇ ਵੀ ਮੁਲਕ ਚੋਂ ਰਹਿੰਦੇ ਹੋਣ ਬੱਚਿਆਂ ਨੂੰ ਸਾਡੀ ਸਪੋਰਟ ਦੇ ਨਾਲ ਹੀ ਉਹ ਸਕਸੈਸ ਮਿਲ ਸਕਦਾ ਹੈ ਤੇ ਸਾਡੀ ਸਪੋਰਟ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਆਉਂਦੀ ਹੈ ਜਸ ਪੰਜਾਬੀ ਦਾ ਇਹ ਤੁਹਾਡੇ ਨਾਲ ਵਾਅਦਾ ਹੈ ਕਿ ਤੁਹਾਡੇ ਬੱਚਿਆਂ ਨੂੰ ਸਪੋਰਟ ਸਾਡੇ ਵੱਲੋਂ ਬਿਲਕੁਲ ਮਿਲੇਗੀ ਮੇਨਸ स्ट्रीम मीडिया ਵਿੱਚ ਉਹਨਾਂ ਦੀ ਐਂਟਰੀ ਜਾਂ ਪੋਲੀਟੀਕਲ ਸਿਸਟਮ ਵਿੱਚ ਉਹਨਾਂ ਦੀ ਐਂਟਰੀ ਸਾਡੇ ਥਰੂ ਤੁਸੀਂ ਆਪਣੇ ਬੱਚੇ ਸਾਨੂੰ ਦਿਓ ਆਪਣੇ ਸ਼ਹਿਰਾਂ ਸਾਨੂੰ ਬੁਲਾਓ ਉਹਨਾਂ ਨੂੰ ਪਲੇਟਫਾਰਮ ਆਪਾ ਦੇ ਸਕਦੇ ਆ ਬਿਲਕੁਲ ਹੋਰ ਇਸ ਪਿਛਲੇ ਸਾਲ ਵੀ ਅਸੀਂ ਗੱਲ ਕੀਤੀ ਰਬਾਬੀ ਇਸ ਸਾਲ ਵੀ ਗੱਲ ਹੋਏਗੀ ਰਬਾਬੀ ਤੁਸੀਂ ਵੇਖਦੇ ਰਹੋ ਜਸ ਪੰਜਾਬੀ ਧੰਨਵਾਦ ਸਤਿ ਸ੍ਰੀ ਅਕਾਲ